ਦੋਸਤੋ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਦਾ। ਮੈਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨੌਰਥ ਅਮਰੀਕਾ ਦੇ ਵਿੱਚ ਵੱਸਦੇ ਸਾਰੇ ਵਿਊਅਰਸ ਨੂੰ ਅਦਬ ਅਤੇ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ। ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਭਗਦੇ ਮਸਲਿਆਂ ਨੂੰ ਲੈ ਕੇ ਆਉਂਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਇੱਕ ਡਿਬੇਟ ਬਣੀ ਹੋਈ ਹੈ, ਇੱਕ ਸੰਵਾਦ ਬਣਿਆ ਹੋਇਆ, ਔਰ ਪਬਲਿਕ ਡੋਮੇਨ ਦੇ ਉੱਤੇ ਜਦ ਗੱਲ ਹੁੰਦੀ ਹੈ ਉਹਨਾਂ ਸਾਰੇ ਮੁੱਦਿਆਂ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਾਹਮਣੇ ਆਪਾਂ ਉਹਨਾਂ ਨੂੰ ਲੈ ਕੇ ਆਈਏ, ਵਿਚਾਰ ਵਟਾਂਦਰਾ ਕਰ ਸਕੀਏ। ਔਰ ਮੈਂ ਸਾਰੇ ਵਿਊਅਰਸ ਦਾ ਧੰਨਵਾਦ ਕਰਦਾ, ਤੁਸੀਂ ਇਸ ਮੰਚ ਨੂੰ ਸਜਾਇਆ ਔਰ ਇਸ ਮੰਚ ਦੇ ਉੱਤੇ ਤੁਸੀਂ ਰੋਜ਼ਾਨਾ ਆਪਣੇ ਤਰਕ, ਆਪਣੇ ਪ੍ਰਤੀਕਰਮ ਸਾਨੂੰ ਭੇਜਦੇ ਹੋ। ਕਈ ਸਾਰੇ ਵਿਊਅਰਸ ਦੀ ਸਾਨੂੰ ਮੇਲ ਵੀ ਆਉਂਦੀ ਹੈ ਬਕਾਇਦਾ, ਔਰ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰਦੇ ਹਨ ਮੇਲ ਦੇ ਰਾਹੀਂ। ਔਰ ਮੈਂ ਤੁਹਾਡੇ ਦਰਦ ਨੂੰ ਔਰ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ, ਔਰ ਤੁਸੀਂ ਰਿਵਰਟ ਵੀ ਸਾਡਾ ਦੇਖਦੇ ਹੋ ਸਾਡੀ ਟੀਮ ਦਾ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਤੁਸੀਂ ਪ੍ਰੋਗਰਾਮ ਚਾਹੁੰਦੇ ਹੋ ਇਸ ਮੰਚ ਦੇ ਉੱਤੇ ਉਹਦੇ ਉੱਤੇ ਵਿਚਾਰ ਵਟਾਂਦਰਾ ਹੋ ਸਕੇ, ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ। ਔਰ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਪਹਿਲੂਆਂ ਨੂੰ ਅਸੀਂ ਤੁਹਾਡੇ ਸਾਹਮਣੇ ਰੱਖੀਏ, ਜੋ ਵੀ ਸਰਗਰਮੀਆਂ ਭਾਵੇਂ ਉਹ ਨੌਰਥ ਅਮੈਰੀਕਾ ਦੀ ਧਰਤੀ ਦੇ ਉੱਤੇ ਹੋ ਰਹੀ ਹੈ, ਭਾਵੇਂ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਹੀ ਹੈ, ਭਾਵੇਂ ਭਾਰਤ ਦੇ ਵਿੱਚ ਹੋ ਰਹੀ ਹੈ, ਤਾਂ ਅਸੀਂ ਉਹਨੂੰ ਜ਼ਰੂਰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਹਿਮ ਵਿਸ਼ਾ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਣਿਆ ਹੋਇਆ, ਕਿਉਂਕਿ ਜਦ ਦੁਨੀਆ ਦਾ ਉਹ ਲੋਕਤੰਤਰ ਜਿੱਥੇ ਇਮਾਨਦਾਰੀ ਅਤੇ ਸੱਚਾਈ ਅਤੇ ਟਰਾਂਸਪਰੇਸੀ, ਮੈਨੂੰ ਲੱਗਦਾ ਕਿ ਜਿਹੜੀ ਇਹ ਸ਼ਬਦਾਵਲੀ ਹੈ ਕਿੱਥੇ ਕਿੱਥੇ ਅਲੋਪ ਹੁੰਦੀ ਹੋਈ ਨਜ਼ਰ ਆ ਰਹੀ ਹੈ, ਔਰ ਸਾਨੂੰ ਵਿਖਦੀ ਨਹੀਂ ਹੈ। ਸਮਝ ਇਹ ਨਹੀਂ ਆਉਂਦਾ ਕਿ ਜਦ ਇਹ ਸ਼ਬਦਾਵਲੀ ਅਸੀਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਉਚਾਰਦੇ ਹਾਂ, ਔਰ ਜਦ ਅਸੀਂ ਇਸ ਸ਼ਬਦਾਵਲੀ ਬਾਰੇ ਗੱਲ ਕਰਦੇ ਹਾਂ, ਤਾਂ ਇੱਥੇ ਸਾਨੂੰ ਨਜ਼ਰ ਜ਼ਰੂਰ ਆਉਂਦੀ ਹੈ ਕਿ ਇਮਾਨਦਾਰੀ, ਸੱਚਾਈ ਅਤੇ ਟਰਾਂਸਪਰੇਸੀ। ਲੇਕਿਨ ਮੈਨੂੰ ਇਹ ਸਮਝ ਨਹੀਂ ਆਇਆ ਕਿ ਪੰਜਾਬ ਦੀ ਧਰਤੀ ਨੂੰ, ਭਾਰਤ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਉੱਥੇ ਇਹਨਾਂ ਸ਼ਬਦਾਵਲੀਆਂ ਦੀ, ਇਹਨਾਂ ਵਰਡਸ ਦੀ ਕੋਈ ਵੈਲਿਊ ਹੀ ਨਹੀਂ ਰਹਿ ਗਈ। ਕਿਉਂਕਿ ਮੈਨੂੰ ਲੱਗਦਾ ਕਿ ਜਦ ਅਸੀਂ ਲੋਕ ਸਭਾ ਦੇ ਵਿੱਚ ਚੁਣ ਕੇ ਆਪਣੇ ਨੁਮਾਇੰਦੇ ਭੇਜਦੇ ਹਾਂ, ਜਦ ਉਸ ਮੁਲਕ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ, ਜਿਹਨੂੰ ਅਸੀਂ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹਾਂ, ਉਹਦੇ ਵਿੱਚ ਚੁਣੇ ਹੋਏ ਨੁਮਾਇੰਦੇ ਜਦ ਪਹੁੰਚਦੇ ਹਨ, ਤਾਂ ਸਾਨੂੰ ਲੱਗਦਾ ਕਿ ਉਹ ਹਿਮਾਇਤ ਕਰਨਗੇ ਸਾਡੇ ਸੂਬੇ ਦੀ, ਹਿਮਾਇਤ ਕਰਨਗੇ ਸਾਡੇ ਸ਼ਹਿਰ ਦੀ, ਹਿਮਾਇਤ ਕਰਨਗੇ ਸਾਡੀ ਸਿਟੀ ਦੀ। ਮੈਂ ਭਾਰਤ ਦੀ ਗੱਲ ਨਾ ਕਰਦਾ ਹੋਇਆ, ਮੈਂ ਸਿਰਫ ਹਾਲ ਫਿਲਹਾਲ ਦੇ ਵਿੱਚ ਪੰਜਾਬ ਦੀ ਗੱਲ ਜ਼ਰੂਰ ਕਰਨਾ ਚਾਹੁੰਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੀ ਹੈ ਕਿ ਜੋ ਉੱਥੇ ਰੀਪ੍ਰਜੈਂਟੇਟਿਵ ਹਨ, ਉਹਨਾਂ ਦੇ ਵਿੱਚ ਟਰਾਂਸਪਰੇਸੀ, ਉਹਨਾਂ ਦੇ ਵਿੱਚ ਸੱਚਾਈ, ਉਹਨਾਂ ਦੇ ਵਿੱਚ ਇਮਾਨਦਾਰੀ, ਉਹਨਾਂ ਦੇ ਵਿੱਚ ਉਹ ਹਲੀਮੀ ਨਜ਼ਰ ਨਹੀਂ ਆਉਂਦੀ। ਪਰ ਮਸਲਾ ਇਸ ਗੱਲ ਦਾ ਹੈ ਕਿ ਜਿੱਥੇ ਅਸੀਂ ਇਹਨਾਂ ਸਾਰੇ ਵੱਡੇ ਸਿਆਸਤਦਾਨਾਂ ਦੀ ਗੱਲ ਕਰਦੇ ਹਾਂ, ਲੇਕਿਨ ਉੱਥੇ ਸਾਨੂੰ ਇੱਕ ਵੀ ਕੋਈ ਅਜਿਹਾ ਸਿਆਸਤਦਾਨ ਹੋਣ ਦੇ ਵਿੱਚ ਨਜ਼ਰ ਨਹੀਂ ਆਉਂਦਾ ਜੋ ਇਸ ਗੱਲ ਨੂੰ ਕਹਿ ਸਕੇ ਕਿ ਹਾਂ, ਮੈਂ ਹਾਂ ਉਹ ਸਿਆਸਤਦਾਨ, ਮੈਂ ਹਾਂ ਉਹ ਇਮਾਨਦਾਰ, ਮੈਂ ਹਾਂ ਉਹ ਆਗੂ ਜੋ ਪੰਜਾਬ ਨੂੰ ਮੁੜ ਤੋਂ ਅੱਗੇ ਲੈ ਕੇ ਜਾਵਾਂਗਾ, ਪੰਜਾਬ ਨੂੰ ਸੋਨੇ ਦੀ ਚਿੜੀਆਂ ਬਣਾਵਾਂਗਾ। ਲੇਕਿਨ ਨਹੀਂ, ਨਜ਼ਰ ਤਾਂ ਸਿਰਫ ਇਹੀ ਆਉਂਦਾ ਕਿ ਮੈਂ 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 ਮੈਂ। ਸਾਨੂੰ ਇਹ ਲੱਗਦਾ ਕਿ ਇਸ ਮੈਂ ਦੀ ਨਜ਼ਰ ਜਿਹੜੀ ਹੈ ਪੰਜਾਬ ਨੂੰ ਲੱਗੀ ਹੈ। ਹੁਣ 13 ਰੀਪ੍ਰਜੈਂਟੇਟਿਵ, 13 ਨੁਮਾਇੰਦੇ, ਬਾਬੇ ਨਾਨਕ ਨੇ ਕਿਹਾ ਸੀ ਸਭ 13 13 13, ਉਹ 13 ਰੀਪ੍ਰਜੈਂਟੇਟਿਵ ਪਾਰਲੀਮੈਂਟ ਦੇ ਵਿੱਚ ਜਾਣੇ ਹਨ। ਲੇਕਿਨ ਮੈਂ ਜਿਹੜੀ ਹਵਾ ਹੁਣ ਜਿਹੜੇ ਪੰਜਾਬੀਆਂ ਸਾਡੇ ਭਰਾਵਾਂ ਨੇ ਮਨ ਬਣਾਇਆ, ਅਸੀਂ ਜ਼ਮੀਨੀ ਪੱਧਰ 'ਤੇ ਉਹ ਵੇਖਿਆ ਕਿ ਇਸ ਟਾਈਮ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਹੌਟ ਬਣੀ ਹੋਈ ਹੈ, ਕਿਉਂਕਿ ਉੱਥੇ ਬੀਬੀ ਖਾਲੜਾ ਨੂੰ ਹਿਮਾਇਤ ਕਰਨ ਦੀ, ਸਪੋਰਟ ਕਰਨ ਦੀ NRI ਭਰਾ ਨਜ਼ਰ ਜ਼ਰੂਰ ਆ ਰਹੇ ਹਨ। ਲੇਕਿਨ NRI ਭਰਾਵਾਂ ਨੇ ਪਹਿਲਾਂ ਮਨ ਨਹੀਂ ਬਣਾਇਆ, NRI ਭਰਾ ਪਹਿਲਾਂ ਵੀ ਮਨ ਬਣਾ ਚੁੱਕੇ ਹੋ, ਯਾਨੀ ਕਿ ਤੁਸੀਂ ਪਹਿਲਾਂ ਵੀ ਆਪਣਾ ਮਨ ਬਣਾ ਚੁੱਕੇ ਹੋ, ਕਈਆਂ ਪਾਰਟੀਆਂ ਨੂੰ ਸਪੋਰਟ ਕਰ ਚੁੱਕੇ ਹੋ, ਕਈਆਂ ਪਾਰਟੀਆਂ ਦੀ ਤੁਸੀਂ ਵਫਾਦਾਰੀ ਕਰ ਚੁੱਕੇ ਹੋ, ਉਹਨਾਂ ਦੀ ਹਿਮਾਇਤ ਕਰ ਚੁੱਕੇ ਹੋ, ਪਰ ਤੁਹਾਨੂੰ ਪਿੱਠ ਦੇ ਪਿੱਛਾ ਜਿਹੜਾ ਉਹਨਾਂ ਨੇ ਚਾਕੂ ਘੋਬਿਆ, ਉਸ ਤੋਂ ਇਲਾਵਾ ਤੁਹਾਨੂੰ ਕੁਛ ਨਹੀਂ ਮਿਲਿਆ। ਮਿਲਿਆ ਤਾਂ ਸਿਰਫ ਇੱਕ, ਮੈਂ ਉਸ ਸ਼ਬਦ ਨੂੰ ਜ਼ਰੂਰ ਕਹਾਂਗਾ, ਉਹ ਹੈ ਦਰਦ। ਲੇਕਿਨ ਅਸੀਂ ਉਹਨਾਂ ਦਰਦਾਂ ਤੋਂ ਉੱਤੇ ਉੱਠ ਕੇ ਅੱਜ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ, ਉਹਨਾਂ ਦੇ ਸਾਹਮਣੇ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਖੜੀ ਹੋਈ ਹੈ। ਇਹ ਹਾਲ ਫਿਲਹਾਲ ਦੇ ਵਿੱਚ ਜਿਹੜੀ ਸਿਆਸੀ ਗਲਿਆਰਾਂ ਦੇ ਵਿੱਚ ਹਵਾ ਚੱਲ ਰਹੀ ਹੈ ਪੰਜਾਬ ਦੇ ਵਿੱਚ,
ਉਸ ਹਵਾ ਦੇ ਵਿੱਚ ਸੱਤ ਸਮੁੰਦਰ ਪਾਰੋਂ ਇਹ ਹਵਾ ਜ਼ਰੂਰ ਜਾ ਰਹੀ ਹੈ ਕਿ ਬੀਬੀ ਖਾਲਣਾ ਨੂੰ ਸਪੋਰਟ ਕਰੋ। ਚਲੋ ਮੰਨਦੇ ਹਾਂ ਕਿ ਇੱਕ ਇਹ ਹਵਾ ਤਾਂ ਬਣਨੀ ਸ਼ੁਰੂ ਹੋਈ। ਕਈ ਸਾਡੇ ਭਰਾ ਪੁੱਛਦੇ ਹਨ ਕਿ ਹਰਕੀਰਤ ਭਾਅ ਜੀ ਕਿਹਨੂੰ ਸਪੋਰਟ ਕਰੀਏ ਅਸੀਂ? ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੀ ਸਪੋਰਟ ਕੀਤਾ, ਅਸੀਂ ਸਾਨੂੰ ਦਰਦ ਹੋਇਆ। ਅਸੀਂ ਹੁਣ ਚਲੋ ਸੁਖਪਾਲ ਖਹਿਰਾ ਨੂੰ ਜੋ ਕਿ ਲਾਈਕ ਮਾਈਂਡਡ ਲੋਕ ਹਨ ਪੰਜਾਬ ਦੇ ਵਿੱਚ, ਉਹਨਾਂ ਨੂੰ ਸਪੋਰਟ ਕਰ ਲੈਂਦੇ ਕਿ ਲੇਕਿਨ ਤੁਸੀਂ ਇਸ ਗੱਲ ਦੀ ਗਰੰਟੀ ਦਿਓਗੇ ਕਿ ਉਹ ਭਾਰਤ ਦੇ ਪੰਜਾਬ ਦੇ ਵਿੱਚ ਵੱਸਦੇ ਉਹਨਾਂ ਸਾਰੇ ਮੁੱਦਿਆਂ ਨੂੰ ਚੱਕਣਗੇ ਪਾਰਲੀਮੈਂਟ ਦੇ ਵਿੱਚ? ਮਾਨਵ ਅਧਿਕਾਰਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਬੀਬੀ ਖਾਲੜਾ ਉਹਨਾਂ ਦੇ ਪਰਿਵਾਰ ਦੀ ਬਹੁਤ ਕੁਰਬਾਨੀ ਹੈ ਕੌਮ ਦੇ ਉੱਤੇ, ਜੋ ਕਿ ਅੱਜ NRI ਭਰਾ ਇਸ ਗੱਲ ਨੂੰ ਸਪੋਰਟ ਜ਼ਰੂਰ ਕਰਨਾ ਚਾਹੁੰਦੇ ਹਨ। ਲੇਕਿਨ ਗੌਰਤਲਬ ਹੈ ਕਿ ਸਾਨੂੰ ਕੈਂਡੀਡੇਟ ਕਿਉਂ ਨਹੀਂ ਲੱਭਦੇ? ਔਰ ਜਦ ਮੈਂ ਕੈਂਡੀਡੇਟ ਦੀ ਗੱਲ ਕਰਦਾ ਤਾਂ ਫਿਰ ਸਾਨੂੰ ਉਹ ਸੱਚਾਈ, ਉਹ ਵਫਾਦਾਰੀ, ਉਹ ਟਰਾਂਸਪਰੇਸੀ ਵਾਲੇ ਕੈਂਡੀਡੇਟ ਕਿਉਂ ਨਹੀਂ ਲੱਭਦੇ? ਔਰ ਜਦ ਮੈਂ BJP ਦੀ ਗੱਲ ਕਰਦਾ ਤਾਂ BJP ਨੂੰ ਕਿਉਂ ਪੈਰਾਸ਼ੂਟ ਰਾਹੀਂ ਪੈਰਾਸ਼ੂਟ ਦੇ ਉੱਤੇ ਉਹਨਾਂ ਕੈਂਡੀਡੇਟਸ ਨੂੰ ਉਤਾਰਨਾ ਪੈ ਰਿਹਾ? ਔਰ ਜਦ ਮੈਂ ਪੈਰਾਸ਼ੂਟ ਰਾਹੀਂ ਆਏ ਕੈਂਡੀਡੇਟਸ ਦੀ ਗੱਲ ਕਰਦਾ ਤਾਂ ਮੇਰੇ ਜ਼ਿਹਨ ਦੇ ਵਿੱਚ ਜ਼ਰੂਰ ਪੰਜਾਬ ਦੇ ਵਿੱਚ ਸੰਨੀ ਦਿਓਲ ਇੱਕ ਨਾਮ, ਇੱਕ ਚਿਹਰਾ, ਇੱਕ ਅਦਾਕਾਰ ਜ਼ਰੂਰ ਸਾਹਮਣੇ ਆਉਂਦਾ ਕਿ BJP ਦੇ ਕੋਲ ਕੈਂਡੀਡੇਟ ਹੀ ਮੁੱਕ ਗਏ, ਹੁਣ ਉਹਨਾਂ ਨੂੰ ਲੋੜ ਪੈ ਗਈ ਹੈ ਫਿਲਮ ਸਟਾਰਾਂ ਦੀ। ਅੱਜ ਤੱਕ ਫਿਲਮ ਸਟਾਰਾਂ ਨੇ ਕੀਤਾ ਕੀ ਹੈ? ਅੱਜ ਤੱਕ ਬਾਲੀਵੁੱਡ ਐਕਟਰਾਂ ਨੇ ਦਿੱਤਾ ਕੀ ਹੈ? ਮੈਂ ਕੀਤਾ ਤਾਂ ਬਹੁਤ ਗੱਲ ਦੀ ਦੂਰ ਦੀ ਗੱਲ ਹੈ, ਦਿੱਤਾ ਕੀ ਹੈ? ਸਨੀ ਦਿਓਲ ਕੀ ਕਰ ਲੈਣਗੇ? ਕੀ ਸਨੀ ਦਿਓਲ ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ? ਕੀ ਭੁਚਾਲ ਲੈ ਕੇ ਆਉਣਗੇ? ਜਾਂ ਫਿਰ ਵਾਕਈ ਹੀ ਗੁਰਦਾਸਪੁਰ ਦੇ ਮਸਲਿਆਂ ਬਾਰੇ ਉਹਨਾਂ ਨੂੰ ਪਤਾ ਹੈ ਕਿ 2.5 ਕਿਲੋ ਦਾ ਹੱਥ ਹੁਣ 56 ਇੰਚ ਦੀ ਛਾਤੀ ਨੂੰ ਜਿਤਾਏਗਾ? ਇਹ ਇੱਕ ਵੱਡਾ ਸਵਾਲ ਮੈਂ ਨਹੀਂ, ਇਹ ਇੱਕ ਵੱਡਾ ਸਵਾਲ ਪੂਰਾ ਸੋਸ਼ਲ ਮੀਡੀਆ, ਪੂਰੇ ਸਾਡੇ ਭਰਾ, ਸਾਡੇ NRI ਭਰਾ ਪੁੱਛਦੇ ਹਨ। ਗੁਰਦਾਸਪੁਰ ਦੇ ਇਸ਼ੂ ਕੀ ਹਨ? ਸਰਹੱਦੀ ਇਲਾਕਾ ਕੀ ਮਸਲੇ ਮੰਗਦਾ ਹੈ? ਕਿਹਨਾਂ ਗੱਲਾਂ ਤੋਂ ਨਿਪਟਾਰਾ ਚਾਹੁੰਦਾ ਹੈ? ਹਾਲ ਫਿਲਹਾਲ ਦੇ ਵਿੱਚ ਸਨੀ ਦਿਓਲ ਨੇ ਆਪਣਾ ਨੋਮੀਨੇਸ਼ਨ ਭਰਿਆ। ਇਹ ਪਹਿਲੀ ਵਾਰ ਨਹੀਂ ਕਿ ਸਨੀ ਦਿਓਲ ਨੂੰ ਟਿਕਟ ਮਿਲੀ ਹੈ, ਉਹਨਾਂ ਦੇ ਫਾਦਰ ਸਾਹਿਬ ਧਰਮਿੰਦਰ ਨੂੰ ਵੀ ਟਿਕਟ ਮਿਲੀ ਸੀਗੀ। ਉਹਨਾਂ ਦੀ ਮਤਰੇਈ ਮਾਂ ਹੇਮਾ ਮਾਲਨੀ ਨੂੰ ਵੀ ਟਿਕਟ ਮਿਲੀ। ਅਤੇ ਇੱਕ ਪਾਸੇ ਜਦ ਮੈਂ ਗੱਲ ਦੂਜੀ ਪਾਰਟੀਆਂ ਦੀ ਕਰ ਲੈਂਦਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਨੋਮੀਨੇਸ਼ਨ ਭਰਿਆ ਸੀਗਾ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਬਾਅਦ, ਜਿਹਨੂੰ ਕਵਰਿੰਗ ਕੈਂਡੀਡੇਟ ਅਸੀਂ ਕਹਿੰਦੇ ਹਾਂ। ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼੍ਰੋਮਣੀ ਅਕਾਲੀ ਦਲ, ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਬਾਦਲ, ਕੀ ਹੁਣ ਇਹਨਾਂ ਦੇ ਕੋਲ ਵੀ ਚਿਹਰੇ ਨਹੀਂ ਰਹਿ ਗਏ ਕਿ ਖੁਦ ਆਪ ਮੈਦਾਨ ਦੇ ਵਿੱਚ ਉਤਰਨਾ ਪੈ ਰਿਹਾ? ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਫਿਰੋਜ਼ਪੁਰ ਤੋਂ ਕੈਂਡੀਡੇਟ ਉਤਰਨਾ ਪਿਆ। ਮੈਂ ਸਵਾਲ ਬਾਦਲ ਪਰਿਵਾਰ ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛਣਾ ਚਾਹੁੰਦਾ ਕਿ ਕੀ ਬਣਿਆ ਬੇਦਬੀ ਮਾਮਲਿਆਂ ਦਾ? ਤੁਹਾਨੂੰ ਕੋਈ ਸਵਾਲ ਕਰਦਾ ਤਾਂ ਤੁਹਾਨੂੰ ਐਵੇਂ ਲੱਗਦਾ ਕਿ ਇਹ ਸਵਾਲ ਸਾਨੂੰ ਕਿਉਂ ਕਰ ਲਿਆ? ਲੇਕਿਨ ਅਸੀਂ ਸਵਾਲ ਕਰਾਂਗੇ, ਅਸੀਂ BJP ਤੋਂ ਵੀ ਸਵਾਲ ਕਰਾਂਗੇ, ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸਵਾਲ ਕਰਾਂਗੇ, ਅਸੀਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਵਾਲ ਕਰਾਂਗੇ। ਜ਼ਿੰਮੇਵਾਰੀ ਬਣਦੀ ਹੈ ਸਾਡੀ। ਤੁਸੀਂ ਉਹਨਾਂ ਚਿਹਰਿਆਂ ਨੂੰ ਮੈਦਾਨ ਦੇ ਉੱਤੇ ਉਤਾਰ ਰਹੇ ਹੋ ਜਿਹਨਾਂ ਤੋਂ ਪਹਿਲਾਂ ਹੀ ਪੰਜਾਬ ਧੋਖਾ ਖਾ ਚੁੱਕਿਆ, ਜਿਨ੍ਹਾਂ ਨੇ ਪੰਜਾਬ ਦੀ ਨਸਲ ਨੂੰ ਖਤਮ ਕਰਕੇ ਰੱਖ ਦਿੱਤਾ, ਪੰਜਾਬ ਦੀ ਉਸ ਆਬੋ ਹਵਾ ਨੂੰ ਜ਼ਹਿਰ ਦੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ। ਤੁਹਾਨੂੰ ਆਪਾਂ ਕਿਵੇਂ ਵਿਸ਼ਵਾਸ ਕਰੀਏ? ਕਿਉਂ ਤੁਹਾਨੂੰ NRI ਭਰਾ ਵੋਟ ਦੇਣ? ਤੁਸੀਂ ਕੀਤਾ ਕੀ ਅੱਜ ਤੱਕ ਉਹਨਾਂ ਲਈ? ਜ਼ਮੀਨਾਂ ਉਹਨਾਂ ਦੀਆਂ ਪੁੱਟੀਆਂ ਗਈਆਂ, ਜ਼ਮੀਨਾਂ ਦੇ ਉਹਨਾਂ ਦੇ ਉੱਤੇ ਕਬਜ਼ੇ ਹੋਏ। ਜਿਹੜਾ NRI ਭਰਾ ਆਪਣੀ ਉੱਥੇ ਬਿਜ਼ਨਸ ਕਰਦਾ ਹੈ, ਜਾਂ ਤਾਂ ਉਹਦੀ ਜ਼ਮੀਨ ਨੂੰ ਹੜਪ ਲਿਆ ਜਾਂਦਾ ਜਾਂ ਫਿਰ ਉਹ ਘਾਟਾ ਖਾਂਦਾ ਹੈ। ਇਹ ਇੱਕ ਵੱਡਾ ਸਵਾਲ ਜਿਹੜਾ ਬਣਿਆ ਹੋਇਆ, ਲੇਕਿਨ ਅਸੀਂ ਜ਼ਰੂਰ ਸਵਾਲ ਪੁੱਛਾਂਗੇ, ਇਹਨਾਂ ਸਿਆਸਤਦਾਨਾਂ ਨੂੰ ਲੈ ਕੇ ਆਵਾਂਗੇ। ਕੌਣ ਦੇਵੇਗਾ ਸਾਨੂੰ ਸੋਨੇ ਦੀ ਚਿੜੀ ਵਾਲਾ ਪੰਜਾਬ? ਕੌਣ ਦੇਵੇਗਾ ਸਾਨੂੰ ਉਹ ਹਲੀਮੀ ਵਾਲਾ ਪੰਜਾਬ? ਕੌਣ ਦੇਵੇਗਾ ਸਾਨੂੰ ਉਹ ਦੇਸੀ ਘਿਓ ਜਿਹਦੇ ਵਿੱਚ ਮਿਲਾਵਟ ਨਾ ਹੋਏ, ਉਹ ਵਾਲਾ ਪੰਜਾਬ? ਕੌਣ ਦੇਵੇਗਾ ਸਾਨੂੰ ਦੁੱਧ ਦੇ ਵਿੱਚ
ਪਾਣੀ ਨਾ ਮਿਲਿਆ ਹੋਵੇ, ਖਾਲਸ ਦੂਧ ਹੋਵੇ, ਕੌਣ ਦੇਵੇਗਾ ਉਹ ਪੰਜਾਬ? ਕੋਈ ਦੇਵੇਗਾ? ਉਹ ਤਾਂ ਪਤਾ ਨਹੀਂ, ਲੇਕਿਨ ਸੰਨੀ ਦੇਵਲ 2.5 ਕਿਲੋ ਦਾ ਹੱਥ 56 ਇੰਚ ਦੀ ਛਾਤੀ ਨੂੰ ਜਿਤਾਉਣ ਦੀ ਗੱਲ ਤਾਂ ਜ਼ਰੂਰ ਕਹਿ ਰਹੇ ਨੇ। ਇੱਕ ਵਾਰੀ ਸੰਨੀ ਦੇਵਲ ਨੂੰ ਆਪਾਂ ਸੁਣ ਲੈਂਦੇ ਕਿਸ ਕਦਰ ਦੀ ਉਹ ਗੱਲ ਕਰ ਰਹੇ ਨੇ, ਔਰ ਸਾਡੇ ਵੋਟਰਸ ਵੇਖ ਲਓ ਇੱਕ ਵਾਰੀ ਤੁਸੀਂ ਸੁਣ ਕੇ ਔਰ ਦੇਖ ਕੇ ਹੈਰਾਨ ਹੋ ਜਾਓਗੇ। ਕਮਾਲ ਹੈ ਸਾਡੇ ਦੇਸ਼ ਦੀ ਕਿ ਇਹਨਾਂ ਅਦਾਕਾਰਾਂ ਦੇ ਕੋਲ, ਇਹਨਾਂ ਐਕਟਰਸਿਸ, ਇਹਨਾਂ ਐਕਟਰ ਦੇ ਕੋਲ ਸਾਡੇ ਦੇਸ਼ ਦੀ ਬਾਗਡੋਰ ਹੁੰਦੀ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸਿਰਫ ਐਕਟਿੰਗ ਕਰਕੇ ਹੀ ਆਪਣੇ ਆਪ ਨੂੰ ਮਸ਼ਹੂਰ ਕੀਤਾ, ਲੇਕਿਨ ਉਹ ਸਿਆਸਤ ਦੇ ਵਿੱਚ ਕੀ ਕਮਾਲ ਕਰਦੇ ਹਨ ਮੈਨੂੰ ਸਮਝ ਨਹੀਂ ਆਉਂਦੀ, ਕਿਉਂਕਿ ਲੇਕਿਨ ਮੈਨੂੰ ਯਾਦ ਹੈ ਹੇਮਾ ਮਾਲਨੀ ਜਦ ਮਥੁਰਾ ਤੋਂ ਉਤਰੇ ਸੀਗੇ ਤਾਂ ਬੜੀ ਉਹਨਾਂ ਤੋਂ ਵੀ ਕਿਹਾ ਸੀਗੇ। ਹੁਣ ਹਾਲ ਫਿਲਹਾਲ ਦੇ ਵਿੱਚ ਬੀਜੇਪੀ ਨੇ ਫਿਰ ਤੋਂ ਉਹਨਾਂ ਤੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਮਥੁਰਾ ਤੋਂ। ਬੀਕਾਨੇਰ ਤੋਂ, ਰਾਜਸਥਾਨ ਤੋਂ ਧਰਮਿੰਦਰ ਮੈਦਾਨ ਦੇ ਵਿੱਚ ਉਤਰੇ ਸਨ। ਮੈਨੂੰ ਯਾਦ ਹੈ ਅਮਿਤਾਭ ਬੱਚਨ ਨੂੰ ਅਲਾਹਾਬਾਦ ਤੋਂ ਰਾਜੀਵ ਗਾਂਧੀ ਨੇ ਟਿਕਟ ਦਿੱਤੀ ਸੀ, ਉੱਥੋਂ ਜਿੱਤ ਕੇ MP ਆਏ ਸੀ। ਮੈਨੂੰ ਯਾਦ ਹੈ ਪਰੇਸ਼ ਰਾਵਲ ਗੁਜਰਾਤ ਤੋਂ ਔਰ ਕਿਰਨ ਖੇਰ ਜੋ ਕਿ ਚੰਡੀਗੜ੍ਹ ਤੋਂ।
ਜਿਨ੍ਹਾਂ ਨੇ ਸਕ੍ਰਿਪਟਡ ਜ਼ਿੰਦਗੀ ਆਪਣੀ ਪੂਰੀ ਬਿਤਾਈ ਹੋਏ। ਗੋਵਿੰਦਾ ਮੈਨੂੰ ਯਾਦ ਹੈ, ਮਹਾਰਾਸ਼ਟਰ ਤੋਂ ਉਹਨਾਂ ਨੂੰ ਟਿਕਟ ਮਿਲੀ ਸੀ। ਲੇਕਿਨ ਕਹਿਣ ਦਾ ਭਾਵ ਹੈ ਕਿ ਕੀ ਸਾਡੇ ਦੇਸ਼ ਦੇ ਵਿੱਚ ਸਿਆਸਤਦਾਨ ਹੀ ਮੁੱਕ ਗਏ, ਕਿ ਸਾਡੇ ਦੇਸ਼ ਦੇ ਵਿੱਚ ਉਹ ਕੈਂਡੀਡੇਟ ਹੀ ਮੁੱਕ ਗਏ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਸੀਗਾ। ਚਲੋ ਮੈਂ ਦੇਸ਼ ਨੂੰ ਛੱਡ ਦੇਣਾ, ਮੈਂ ਪੰਜਾਬ ਦੀ ਗੱਲ ਕਰ ਲੈਣਾ ਕਿ ਬੀਜੇਪੀ ਨੂੰ ਹੁਣ ਕਿਉਂ ਲੋੜ ਪੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ ਕਰਤੂਤਾਂ ਕਰਕੇ ਪਹਿਲੀ ਬੈਕ ਫੁੱਟ 'ਤੇ ਜਾ ਚੁੱਕੀ ਹੈ। ਬੀਜੇਪੀ ਅਦਾਕਾਰਾਂ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਨਲਕਾ ਪੱਟਣਾ ਚਾਹੁੰਦੀ ਹੈ, ਕਿਉਂਕਿ ਨਲਕਾ ਪੱਟਣ ਦੇ ਵਿੱਚ ਮਸ਼ਹੂਰ ਹਨ ਨਾ ਸੋਨੀ ਦੇਲ। ਲੇਕਿਨ ਹੁਣ ਗੱਲਾਂ ਇਹਨਾਂ ਨੇ ਪੱਟੀਆਂ, ਲੇਕਿਨ ਉੱਥੇ ਲੋਕ ਵੀ ਆਹਾ ਤਾੜੀਆਂ ਵਜਾ ਕੇ ਸਵਾਗਤ ਕਰ ਰਹੇ ਨੇ। ਫਿਰ ਆਪਾਂ ਕਹਿੰਦੇ ਹਾਂ ਕਿ ਸਾਨੂੰ ਪੰਜਾਬ ਨੂੰ ਸੁਧਾਰਨਾ, ਫਿਰ ਆਪਾਂ ਕਹਿੰਦੇ ਹਾਂ ਕਿ ਸਾਨੂੰ ਪੰਜਾਬ ਨੂੰ ਡਿਵਲਪਮੈਂਟ ਚਾਹੀਦੀਆਂ, ਐਜੂਕੇਸ਼ਨ ਚਾਹੀਦੀ ਹੈ, ਸਾਨੂੰ ਉੱਥੇ ਬੱਚਿਆਂ ਦੇ ਨਾਲ ਜੋ ਹੋ ਰਿਹਾ ਸਿੱਖਿਆ ਦਾ ਮਿਆਰ ਸਾਨੂੰ ਵਧਾਉਣਾ ਹੈ, ਅਸੀਂ ਹੈਲਥ ਦਾ ਮਿਆਰ ਉੱਥੇ ਵਧਾਉਣਾ ਹੈ, ਨਲਕਾ ਪੱਟਣ ਨਾਲ ਨਹੀਂ ਹੋਏਗਾ, ਗੱਲਾਂ ਪੱਟਣ ਨਾਲ ਨਹੀਂ ਹੋਏਗਾ। ਉਹਨਾਂ ਸਿਆਸਤਦਾਨਾਂ ਨੂੰ ਲਿਆਉਣ ਦੀ ਲੋੜ ਹੈ ਜੋ ਕਿ ਕਹਿ ਸਕਣ ਕਿ ਹਾਂ ਅਸੀਂ ਦੇਵਾਂਗੇ ਉਹ ਪੰਜਾਬ ਜੋ ਤੁਸੀਂ ਛੱਡ ਕੇ ਗਏ ਸੀ। ਇਹ ਮਸਲਾ ਨਹੀਂ, ਇਹੀ ਹੈ ਮੁੱਦਾ। ਕਰਾਂਗੇ ਇਸ ਉੱਤੇ ਵਿਚਾਰ ਵਟਾਂਦਰਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ 2.5 ਕਿਲੋ ਦਾ ਹੱਥ, ਹੁਣ 56 ਇੰਚ ਦੀ ਜਿਹੜਾ ਸੀਨਾ ਹੈ ਉਹਦੇ 'ਚ ਕਿੰਨਾ ਫਾਇਦਾ ਪਹੁੰਚਾਏਗਾ ਜਾਂ ਫਿਰ ਉਹਨੂੰ ਕਿੰਨਾ ਚੌੜਾ ਕਰੇਗਾ, ਇਹ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਸੈਲੀਬ੍ਰਿਟੀ ਫੈਕਟਰ ਜਿਹੜਾ ਉਹ ਹਾਲ ਫਿਲਹਾਲ ਦੇ ਵਿੱਚ ਇੱਕ ਵਿਸ਼ਾ ਜ਼ਰੂਰ ਬਣਿਆ ਹੋਇਆ ਕਿ ਹੁਣ ਅਦਾਕਾਰ, ਕਿ ਹੁਣ ਫਿਲਮ ਐਕਟਰ ਐਕਟਰਸਸ ਜਿਤਾਉਣਗੇ ਆਪਣੀ ਆਪਣੀ ਪਾਰਟੀਆਂ ਨੂੰ ਔਰ ਬਣਨਗੇ ਪੋਲੀਟੀਸ਼ੀਅਨ ਔਰ ਦੇਣਗੇ ਕੀ, ਲੋਕ ਵੋਟ ਤਾਂ ਪਾਉਣਗੇ ਉਹਨਾਂ ਦੇ ਡਾਇਲੋਗ ਦੇ ਉੱਤੇ, ਲੇਕਿਨ ਮਿਲੇਗਾ ਕੀ। ਮੁੜ ਜਦ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਹਾਲ ਫਿਲਹਾਲ ਦੇ ਵਿੱਚ ਭਗਦਾ ਮਸਲਾ ਜਾਂ ਫਿਰ ਸਿਆਸਤ ਦੇ ਵਿੱਚ ਆਏ ਨਵੇਂ ਸਿਆਸਤਦਾਨ ਸਨੀ ਦੇਓਲ ਦੀ ਹੋ ਰਹੀ ਹੈ, ਕੀ ਦੇਣਗੇ ਪੰਜਾਬ ਨੂੰ ਔਰ ਕੀ ਲੈ ਕੇ ਆਏ ਨੇ ਪੰਜਾਬ ਦੇ ਲਈ ਔਰ ਕੀ ਸੋਚਿਆ ਉਹਨਾਂ ਨੇ ਪੰਜਾਬ ਦੇ ਲਈ, ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ। ਅਤੇ ਦੋਵੇਂ ਪਾਰਟੀ ਦੇ ਨੁਮਾਇੰਦੇ ਮੇਰੇ ਨਾਲ ਇਸ ਟਾਈਮ ਮੌਜੂਦ ਹਨ। ਇੱਕ ਪਾਸੇ ਮੇਰੇ ਨਾਲ ਕਾਂਗਰਸ ਤੋਂ ਰਵੀ ਚੋਪੜਾ ਜੀ ਮੌਜੂਦ ਹਨ ਜੋ ਕਿ ਸੀਨੀਅਰ ਵਾਈਸ ਪ੍ਰਧਾਨ ਹਨ ਇੰਡੀਅਨ ਓਵਰਸੀਜ਼ ਕਾਂਗਰਸ ਦੇ, ਉਹਨਾਂ ਦਾ ਮੈਂ ਜੀ ਆਇਆਂ ਨੂੰ ਕਰਦਾ ਸਵਾਗਤ ਕਰਦਾ। ਦੂਜੇ ਪਾਸੇ ਮੇਰੇ ਕੋਲ ਆਤਮਾ ਸਿੰਘ ਜੀ ਨੇ, ਸੀਨੀਅਰ ਲੀਡਰ ਬੀਜੇਪੀ ਓਵਰਸੀਜ਼ ਫਰੈਂਡ, ਦੋਨੋਂ ਬੁਲਾਰੇ ਮੇਰੇ ਨਾਲ ਮੌਜੂਦ ਹਨ ਇਸ ਟਾਈਮ, ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਸਵਾਲ ਮੈਂ ਰਵੀ ਚੋਪੜਾ ਜੀ ਤੋਂ ਲੈਣਾ ਚਾਹਾਂਗਾ। ਰਵੀ ਜੀ, ਕਿਸ ਤਰੀਕੇ ਨਾਲ ਦੇਖ ਰਹੇ ਹੋ 2.5 ਕਿਲੋ ਦੇ ਹੱਥ ਨੂੰ? 2.5 ਕਿਲੋ ਦਾ ਹੱਥ ਜਿਹੜਾ ਫਿਲਮਾਂ 'ਚ ਤਾਂ ਬਹੁਤ ਚੰਗਾ ਲੱਗਦਾ ਜੀ, ਕਿਉਂਕਿ ਸਾਡਾ ਪੰਜਾਬੀ ਐਕਟਰ ਹੈ ਜਿਸ ਕਰਕੇ ਅਸੀਂ ਉਹਨੂੰ ਪਸੰਦ ਕਰਦੇ ਹਾਂ। ਲੇਕਿਨ ਲੇਕਿਨ ਸਿਆਸਤ ਜਿਹੜਾ ਹੱਥ ਸੁਨੀਲ ਜਾਖੜ ਦਾ ਉਹ ਬਹੁਤ ਭਾਰੀ ਹੈ, ਕਿਉਂਕਿ ਉਹ ਬੜਾ ਪੁਰਾਣਾ ਖਿਲਾੜੀ ਹੈ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਤੇ ਬਹੁਤ ਸਟਰੋਂਗ ਕੈਂਡੀਡੇਟ ਹੈ, ਤੇ ਬੀਜੇਪੀ ਕੋਲ ਜਾਂ ਅਕਾਲੀ ਦਲ ਕੋਈ ਕੈਂਡੀਡੇਟ ਨਹੀਂ ਸੀ ਉਹਦੇ ਮੁਕਾਬਲੇ 'ਚ ਖੜਾ ਕਰਨ ਵਾਸਤੇ, ਇਸ ਕਰਕੇ ਉਹਨਾਂ ਨੇ ਇੱਕ ਫਿਲਮ ਐਕਟਰ ਦੀ ਪਾੜ ਦੇ ਵਿੱਚ, ਜਿਹੜਾ ਪਹਿਲਾਂ ਵੀ ਉਹਨਾਂ ਨੇ ਵਿਨੋਦ ਖੰਨਾ ਜੀ ਨੂੰ ਉਤਾਰਿਆ ਸੀ ਉੱਥੋਂ ਜੀ, ਤੇ ਹੁਣ ਇਸ ਵਾਰ ਸੰਨੀ ਦਿਓਲ ਨੂੰ ਉਰੇ ਬੰਬੇ ਤੋਂ ਆਉਂਦੇ ਆ, ਬੰਬੇ ਵਾਪਸ ਚਲੇ ਜਾਣਾ ਇਹਨਾਂ ਨੇ। ਠੀਕ ਹੈ ਜੀ, ਠੀਕ ਹੈ ਜੀ। ਤੇ ਪੰਜਾਬ ਨੂੰ ਕੁਛ ਨਹੀਂ ਦੇਣਾ। ਆਤਮਾ ਸਿੰਘ ਜੀ 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 ਜੀ, ਸਤਿ ਸ਼੍ਰੀ ਅਕਾਲ ਜੀ। ਆਤਮਾ ਸਿੰਘ ਜੀ, ਉਹਨਾਂ ਨੇ ਮੁੰਬਈ ਤੋਂ ਆਉਣਾ ਔਰ ਮੁੰਬਈ ਵਾਪਸ ਚਲੇ ਜਾਣਾ, ਪੰਜਾਬ ਨੂੰ ਕੁਛ ਨਹੀਂ ਦੇਣਾ, ਸਿਰਫ 2.5 ਕਿਲੋ ਦਾ ਹੱਥ ਹੀ ਰਹਿ ਜਾਏਗਾ, ਨਲਕਾ ਪੱਟਣਾ ਰਹਿ ਜਾਏਗਾ। ਨਹੀਂ ਤੇ ਇਹਨਾਂ ਨੂੰ ਪੁੱਛੋ ਜਾਕਰ ਕਿੱਥੋਂ ਆਇਆ ਹੈ। ਹਾਂ, ਤੇ ਜਾਕਰ ਕਿੱਥੋਂ ਆਇਆ? ਚਲੋ ਉਹ ਇੱਕ ਮੂਵੀ ਦਾ ਹੀਰੋ ਹੈ, ਉਹਨਾਂ ਦੀ ਪੂਰੇ ਦੁਨੀਆ 'ਚ ਪੰਜਾਬੀਅਤ ਦਾ ਨਾਂ, ਪੂਰੀ ਫੈਮਿਲੀ ਨੇ ਧਰਮਿੰਦਰ ਤੋਂ ਲੈ ਕੇ ਅੱਜ ਤਾਈਂ ਅੱਗੇ ਉਹ ਕਰੀ ਆ ਰਹੇ ਨੇ, ਸਾਰੇ ਭੈਣ ਭਰਾ ਮਿਲ ਕੇ ਹਰ ਇੱਕ ਪੰਜਾਬੀ ਦੇ ਦਿਲ ਦੀ ਕਿਤੇ ਨਾ ਕਿਤੇ ਉਹਨਾਂ ਦੀ ਜਗ੍ਹਾ ਹੈਗੀ ਆ। ਬਾਕੀ ਕਾਤਲ ਭਾਵੇਂ ਕਿੱਡੇ ਵੀ ਸ਼ਾਤਰ ਹੋਣ, ਜਾਖੜ ਭਾਵੇਂ ਕਿੱਡਾ ਸ਼ਾਤਰ, ਜਿੱਡਾ ਮਰਜ਼ੀ ਪੁਰਾਣਾ ਖਿਡਾਰੀ ਹੋਵੇ, ਕਾਤਲ ਕਾਤਲ ਹੀ ਹੁੰਦਾ ਭਾਜੀ। ਤੇ ਕਾਤਲਾਂ ਦੀ ਇਸ ਵੇਲੇ ਪੰਜਾਬ 'ਚ ਕੋਈ ਜਗ੍ਹਾ ਨਹੀਂ ਗੀ, ਭਾਵੇਂ ਉਹ ਇਲੈਕਸ਼ਨ ਲੜ ਕੇ, ਇਹ ਤਾਂ ਉਹਨਾਂ ਦਾ ਸਮਾਂ ਦੱਸੇਗਾ ਕਿ ਸੰਨੀ ਦਿਓਲ ਕਿੰਨਾ ਚਿਰ ਉੱਥੇ ਰੁਕਦਾ ਹੈ ਤੇ ਕਿੱਡਾ ਕੰਮ ਕਰਦਾ ਹੈ। ਉਸ ਤਰ੍ਹਾਂ ਵੀ ਪੁਰਾਣੀ ਮਸ਼ਹੂਰ ਕਹਾਵਤ ਹੈ ਕਿ ਜਿਹੜੇ ਪੰਜਾਬ ਦੇ MP ਆ ਉਹਦੇ ਵੀ 5-5 ਸਾਲ ਬਾਅਦ ਹੀ ਉੱਥੇ ਵੋਟਾਂ ਮੰਗਣ ਆਉਂਦੇ ਆ, ਤੇ ਮਤਲਬ ਜ਼ਿਆਦਾਤਰ ਹੀ ਸਮਝਦਾਰ ਜੇ, ਬਾਕੀ ਇਸ ਨੂੰ ਜਿੰਨਾ ਵਧਾਉਣਾ ਚਾਹੀਏ ਆਪਾਂ ਉਨਾ ਸਕਦੇ ਹਾਂ। ਤੇ ਬਾਕੀ ਕਾਂਗਰਸ ਤੇ ਪੰਜਾਬੀ ਦਾ ਕੋਈ ਮੇਲ ਨਹੀਂ ਗਾ, ਕਿਉਂਕਿ ਕਾਂਗਰਸ ਇੱਕ ਕਾਤਲ ਇੱਕ ਪਾਰਟੀ ਆ ਜਿਹਨਾਂ ਨੇ ਸਾਨੂੰ ਸਾਡੇ ਬੱਚਿਆਂ ਦੇ 25-25 ਸਾਲ
ਪੰਜਾਬ ਤੋਂ ਬਰਾਤ ਨਹੀਂ ਚੜ੍ਹ ਦਿੱਤੀ। ਇੰਨਾ ਕਤਲ ਕੀਤਾ, ਤੁਸੀਂ ਜਾਣਦੇ ਜੇ ਮੈਂ ਵੀ ਪੰਜਾਬ ਤੋਂ ਹੀ ਪਿੰਡ ਨੂੰ ਆਇਆ ਜੀ, ਕਰਕੇ ਜਿੰਨਾ ਕੌਮ ਦਾ ਨੁਕਸਾਨ ਹੋਇਆ। ਜੇ ਅਸੀਂ ਅੱਜ ਵੀ ਪੰਜਾਬੀ ਕਾਂਗਰਸ ਦੇ ਮਗਰ ਜਾਈਏ, ਆਤਮਾ ਸਿੰਘ ਜੀ, ਅਗਰ ਅਗਰ ਕਾਂਗਰਸ ਕਾਂਗਰਸ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਜਿਹੜੀ ਹੈ ਉਹ ਕਾਤਲ ਹੈਗੀ ਹੈ, ਲੇਕਿਨ ਪੰਜਾਬ ਦੇ ਲੋਕਾਂ ਨੇ ਹੀ ਕਾਂਗਰਸ ਨੂੰ ਵੋਟ ਦੇ ਕੇ ਉੱਥੋਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ। ਦੇਖੋ ਜੀ, ਇਹ ਜਿਹੜੀ ਰਾਜਨੀਤੀ ਆ, ਪਹਿਲੋਂ 5 ਸਾਲ ਬਾਅਦ ਬਦਲਦੀ ਸੀਗੀ, ਐਤਕੀ ਫਿਰ ਵੀ ਅਕਾਲੀ ਜਿਹੜੇ ਭਾਈ ਭੈਣਦੇ ਸੀਗੇ ਉਹ 10 ਸਾਲ ਵਾਸਤੇ ਕੱਢ ਗਏ ਸੀਗੇ। ਹੋ ਸਕਦਾ ਕਿ ਅਕਾਲੀਆਂ ਕੋਲ ਕੋਈ ਤਰੁੱਟੀ ਰਹੀ ਗਈ ਹੋਵੇ, ਹੋ ਸਕਦਾ ਕਿ ਕਈ ਵਾਰੀ ਪਰਿਵਾਰਾਂ 'ਚ ਵੀ ਪ੍ਰਧਾਨ ਜੀ ਬਦਲਾਵ ਚਾਹੁੰਦੇ ਹਨ, ਸਿਰਫ ਬਦਲਾਵ ਕਰਕੇ ਸੀਗਾ। ਬਾਕੀ ਜਿਹੜੇ ਅਕਾਲੀ ਬੀਜੇਪੀ ਪਾਰਟੀ ਨੇ ਜਿੰਨਾ ਪੰਜਾਬ ਦਾ ਜਿੰਨਾ ਪੰਜਾਬ ਨੂੰ ਗਰੋ ਕੀਤਾ, ਜਿੰਨਾ ਸੋਹਣਾ ਬਣਾਇਆ ਹੈ, ਤੇ ਦੂਸਰੇ ਮੁਲਕਾਂ ਤੋਂ ਵੀ ਲੋਕ ਜਿਹੜੇ ਜਾਂਦੇ ਆ, ਪਹਿਲੋਂ ਉੱਥੇ ਡਰਦੇ ਨੀ ਜਾਂਦੇ ਸੀਗੇ ਕਿ ਪੰਜਾਬ ਜਦੋਂ ਦਾ ਕਾਂਗਰਸ ਦਾ ਰਾਜ ਰਿਹਾ ਵਾ, ਤੇ ਜਦੋਂ ਤੋਂ ਅਕਾਲੀ ਬੀਜੇਪੀ ਪਾਰਟੀ ਨੇ ਕੀਤਾ, ਸਭ ਤੋਂ ਸੋਹਣਾ ਪੰਜਾਬ ਆਪਾਂ ਫਿਰ ਦੁਬਾਰਾ ਕਹਿ ਸਕਦੇ ਹਾਂ ਕਿ ਆਪਣੇ ਪੰਜਾਬ ਨੇ ਦੁਬਾਰਾ ਇੰਨਾ ਸੋਹਣਾ ਬਣਾ ਦਿੱਤਾ ਕਿ ਉੱਥੇ ਪ੍ਰਧਾਨ ਮੰਤਰੀ ਆਫ ਆਪਣੇ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਹੋਰ ਵੀ ਕਈਆਂ ਕੰਟਰੀਆਂ ਤੋਂ ਜਿਹੜੇ ਉੱਥੇ ਜਾਂਦੇ ਆ, ਤੇ ਦਰਬਾਰ ਸਾਹਿਬ ਤੇ ਜਾ ਕੇ ਜਿੱਥੋਂ ਲੋਕੀ ਜਾਣ ਤੋਂ ਡਰਦੇ ਸੀਗੇ ਉੱਥੇ ਅਕਾਲੀਆਂ ਦੇ ਸਮੇਂ ਤੇ ਉਹ ਗਏ ਨੇ, ਤੇ ਦੁਨੀਆਂ 'ਚ ਮਾਣ ਵਧਾਇਆ ਹੈ ਸਾਡੀ ਪਾਰਟੀ। ਮਤਲਬ ਅਕਾਲੀਆਂ ਨੇ ਬਹਿਜਾ ਬਹਿਜਾ ਕਰਾਤੀ ਪੰਜਾਬ 'ਚ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਅੱਛਾ ਰਵੀ ਜੀ, ਰਵੀ ਜੀ ਸੁਣ ਲੈਣੇ, ਤੁਹਾਡਾ ਵਿਰੋਧੀ ਧਿਰ ਕੀ ਕਹਿਣਾ ਰਵੀ ਜੀ? ਅਕਾਲੀਆਂ ਨੇ ਬਹਿਜਾ ਬਹਿਜਾ ਕਰਾਤੀ ਜੀ। ਬਹਿਜਾ ਬਹਿਜਾ ਦਾ ਰਿਜ਼ਲਟ ਹੈਗਾ ਨਾ ਕਿ ਕਾਂਗਰਸ ਰਾਜ ਕਰ ਰਹੀ ਹੈ ਪੰਜਾਬ 'ਚ, ਸੈਂਟਰ 'ਚ ਮੋਦੀ ਵਿੱਚ ਸਰਕਾਰ ਹੈ ਔਰ ਪੰਜਾਬ 'ਚ ਕਾਂਗਰਸ ਨੂੰ ਉਹਨਾਂ ਨੇ ਜਿਤਾਇਆ, ਉਹਦਾ ਹੀ ਨਤੀਜਾ। ਮੈਨੂੰ ਨੀ ਪਤਾ ਕਿ ਆਪਣਾ ਸਾਡੇ ਬੀਜੇਪੀ ਦੇ ਕੈਂਡੀਡੇਟ ਆਪਣਾ ਆਤਮਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਬਿਲੋਂਗ ਕਰਦੇ ਆ, ਔਰ ਇਹਨਾਂ ਨੇ ਕਿੰਨੀ ਕੁ ਖੁਸ਼ਹਾਲੀ ਪੰਜਾਬ 'ਚ 15 ਸਾਲਾਂ 'ਚੋਂ ਦੇਖੀ ਹੈ। ਅਸੀਂ ਤੇ ਅੱਜ ਵੀ ਉੱਥੇ ਬਿਜ਼ਨਸ ਕਰਦੇ ਹਾਂ, ਮੈਂ ਤੇ ਹੁਸ਼ਿਆਰਪੁਰ 'ਚ ਜੰਮਿਆ ਪਲਿਆ ਔਰ ਹੁਸ਼ਿਆਰਪੁਰ ਅੱਜ ਵੀ ਬਿਜ਼ਨਸ ਹੈਗਾ, ਤੇ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ, ਮੁਲਕ ਦਾ ਬੇੜਾ ਗਰਕ ਕਰ ਦਿੱਤਾ ਔਰ ਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ 15 ਸਾਲਾਂ 'ਚ, ਕਰਜ਼ਾ ਹੀ ਬਣਾਤਾ, ਬਿਜ਼ਨਸ ਜ਼ੀਰੋ ਕਰ ਦਿੱਤਾ, ਲੈਂਡ ਵੈਲਿਊ ਜ਼ੀਰੋ ਕਰ ਦਿੱਤੀ, ਕੋਈ ਪੈਸਾ ਬਾਹਰੋਂ ਇਨਵੈਸਟ ਕਰਦੇ ਉਹਦੀ ਵੈਲਿਊ ਜ਼ੀਰੋ ਹੋ ਗਈ ਜੀ। ਤੁਹਾਨੂੰ ਕੀ ਲੱਗਦਾ ਰਵੀ ਜੀ, NRI-ਆਂ ਲਈ ਕਾਂਗਰਸ ਸਰਕਾਰ ਨੇ ਕੀ ਕੀਤਾ, ਫਿਰ ਮੈਂ ਬੀਜੇਪੀ ਦੇ ਕੋਲ ਵੀ ਆਵਾਂਗਾ ਕਿ ਮੋਦੀ ਨੇ ਕੀ ਕੀਤਾ? ਪਹਿਲਾਂ ਮੈਨੂੰ ਕਾਂਗਰਸ ਜਵਾਬ ਦੇ ਦੇ। ਜਿਹੜਾ ਪਿਛਲਾ ਰੈਕਰਡ ਕੱਢ ਲਓ ਅੱਜ ਤੋਂ, ਜਦੋਂ ਤੋਂ ਪਾਰਟੀਸ਼ਨ ਤੋਂ ਬਾਅਦ ਅਗਰ ਕਾਂਗਰਸ ਸਰਕਾਰ ਆਈ ਹੈ, ਅੱਜ ਤੱਕ ਜਿਹੜਾ ਵੀ ਬੰਦਾ ਉੱਥੇ ਜੰਮਿਆ ਪਲਿਆ, ਜੇ ਪੰਜਾਬ ਤੋਂ ਅਗਰ ਆਤਮਾ ਸਿੰਘ ਜੀ ਪੰਜਾਬ 'ਚ ਪੜ੍ਹੇ ਦੇ ਤੇ ਪੰਜਾਬ 'ਚੋਂ ਆਏ ਦੇ ਆ, ਉਹ ਉੱਥੇ ਦਾ ਐਜੂਕੇਸ਼ਨ ਸਿਸਟਮ, ਉੱਥੇ ਦਾ ਬਿਜ਼ਨਸ ਸਿਸਟਮ, ਉੱਥੇ ਦਾ ਸਾਰਾ ਸਿਸਟਮ ਕਿਹਨੇ ਬਣਾਇਆ, ਕਿਹੜੀ ਸਰਕਾਰ ਨੇ ਬਣਾਇਆ? ਇਹ 4 ਸਾਲਾਂ ਦੀ ਮੋਦੀ ਸਰਕਾਰ ਨੇ ਨਹੀਂ ਬਣਾਇਆ, ਇਹ ਸਾਰਾ ਕਾਂਗਰਸ ਨੇ ਹੀ ਸੈਟਅਪ ਕੀਤਾ ਗਾ। ਔਰ ਇਹ ਹੁਣ ਆ ਕੇ ਔਰ ਉਹ 4-5 ਸਾਲਾਂ 'ਚ ਇਹਨਾਂ ਨੇ ਉਹ ਹਾਲ ਕਰ ਦਿੱਤਾ ਮੁਲਕ ਦਾ ਕਿ ਲੋਕ ਮੁਲਕ 'ਚੋਂ ਪੈਸਾ ਲੈ ਕੇ ਨਿਕਲ ਰਹੇ ਆ, ਇੰਡੀਆ ਦੇ ਵਿੱਚੋਂ ਬਾਹਰ ਆ ਰਹੇ ਆ। ਅੱਜ ਕੱਲ੍ਹ ਉਹ ਇੱਥੇ EB-5 ਦੇ ਵੀਜ਼ੇ ਲੈ ਰਹੇ ਆ ਕਿਉਂਕਿ ਪੈਸਾ ਹੈਗਾ ਉਹਨਾਂ ਕੋਲ। ਅਸੀਂ ਲੋਕ ਜਦੋਂ ਆਏ ਆ ਕਿ ਨਵੇਂ ਸਿਰੋਂ ਜ਼ੀਰੋ ਆਏ ਆ, ਪੈਸੇ ਇੱਥੇ ਆ ਕੇ ਕਮਾਏ ਆ। ਵੱਡਾ ਸਵਾਲ ਆਤਮਾ ਸਿੰਘ ਜੀ, ਲੋਕਾਂ ਨੂੰ ਭੱਜਣਾ ਪੈ ਰਿਹਾ, ਭਾਰਤ ਛੱਡ ਕੇ ਸਾਰੇ ਭੱਜ ਰਹੇ ਨੇ, ਅਮਰੀਕਾ ਆ ਕੇ ਉਹਨਾਂ ਨੂੰ ਨਿਵਾਸ ਸਥਾਨ ਆਪਣਾ ਲੈਣਾ ਪੈ ਰਿਹਾ। ਦੇਖੋ, ਇੱਕ ਸਮਾਂ ਸੀਗਾ ਜਿਹੜਾ ਕਾਂਗਰਸ ਤੋਂ ਜਾਨ ਬਚਾ ਕੇ, ਮੈਂ ਤੇ ਤੁਹਾਨੂੰ ਇੱਥੇ ਦਾ ਡਾਟਾ ਦੱਸਦਾ ਵਾਂ, ਜਿਹੜਾ ਅਮਰੀਕਾ ਤੇ ਵਿਦੇਸ਼ਾਂ 'ਚ ਜਿਹੜੇ ਹਰੇ ਰਿਫਿਊਜ਼ੀ ਲੋਕ ਖਿੱਚ ਕੇ ਨਾ, ਇਹ ਕਾਂਗਰਸ ਨੇ ਬੇੜਾ ਕਰ ਕਰਤਾ ਸੀ ਸਾਡੀ ਕੌਮ ਦਾ। ਸਾਨੂੰ ਦੁਨੀਆ 'ਚ ਇਹਨਾਂ ਨੇ ਅੱਤਵਾਦੀ ਬਣਾ ਕੇ ਖੜਾ ਕਰਤਾ ਸੀਗਾ। ਸਾਨੂੰ ਸਿੱਖਾਂ ਨੂੰ ਮਾਣ ਹੈ, ਕੈਨੇਡਾ 'ਚ ਤੁਸੀਂ ਦੇਖ ਸਕਦੇ ਜੇ ਕਿ ਸਿੱਖਾਂ ਦੀ ਵੈਲਿਊ, ਇੰਡੀਆ 'ਚ ਅਮੈਰਿਕਾ 'ਚ ਤੁਸੀਂ ਦੇਖ ਸਕਦੇ, ਸਾਡੇ ਜੱਸੀ ਭਾਜੀ ਹੋਣੀ ਟਰੰਪ ਦੇ ਨਾਲ ਰਾਈਟ ਹੈਂਡ ਫੜ ਕੇ, ਕਾਂਗਰਸ ਨੇ ਅੱਜ ਤੱਕ ਇੱਥੇ ਆ ਕੇ ਸਿੱਖਾਂ ਨਾਲ ਕਦੀ ਮੀਟਿੰਗ ਨਹੀਂ ਕੀਤੀ। ਪਹਿਲਾ ਪ੍ਰਧਾਨ ਮੰਤਰੀ ਸੀਗਾ, ਮੈਨੂੰ ਚੇਤਾ ਵਾ, ਸ਼ਾਇਦ JSTB ਕੋ ਵੀ ਐਸੀ ਰਿਕਾਰਡਿੰਗ ਹੋਏਗੀ, ਨਿਊਯਾਰਕ ਪੈਲੇਸ 'ਚ ਨਰਿੰਦਰ ਮੋਦੀ ਜੀ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਆਏ ਆ, ਸਿੱਖਾਂ ਦਾ ਡੈਲੀਗੇਸ਼ਨ ਸਿਰਫ 15 ਮਿੰਟ ਵਾਸਤੇ ਮਿਲ ਗਿਆ ਸੀਗਾ। ਤੇ ਜਦੋਂ ਗੱਲ ਰੱਖਣ ਲੱਗੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਖਿਆ ਸੀਗਾ ਕਿ ਤੁਸੀਂ ਟਾਈਮ ਦਾ ਫਿਕਰ ਨਾ ਕਰੋ। ਉਹਨਾਂ ਨੇ ਆਪਣਾ ਸਾਰਾ ਡੈਲੀਗੇਸ਼ਨ ਇੱਕ ਵਾਰੀ ਸੁਸ਼ਮਾ ਸਵਰਾਜ ਜੀ, ਆਤਮਾ ਸਿੰਘ ਜੀ, ਅਖਬਾਰਾਂ, ਸੋਸ਼ਲ ਮੀਡੀਆ ਔਰ ਇੱਥੇ ਤੱਕ ਕਿ ਜਿਹੜੇ ਉੱਥੇ ਸੀਨੀਅਰ ਲੀਡਰ ਹਨ, ਆਗੂ ਹਨ ਜੋ ਕਿ ਰੀਪ੍ਰਜੈਂਟ ਕਰਦੇ ਹਨ ਕੌਮ ਨੂੰ ਇੰਡੀਆ ਦੇ ਵਿੱਚ, ਉਹ ਕਹਿੰਦੇ ਹਨ ਕਿ ਘੱਟ ਗਿਣਤੀ ਭਾਈਚਾਰਾ ਮਹਿਫੂਜ਼ ਹੀ ਨਹੀਂ ਹੈਗਾ, ਪ੍ਰਧਾਨ ਮੰਤਰੀ ਮੋਦੀ ਪਿਛਲੇ 5 ਸਾਲ ਦੇ ਵਿੱਚ ਕੌਨਫੀਡੈਂਸ ਲੈਵਲ ਹੀ ਨਹੀਂ ਪੈਦਾ ਕਰ ਪਾਏ ਘੱਟ ਗਿਣਤੀ ਭਾਈਚਾਰੇ ਦੇ ਵਿੱਚ। ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿ ਉੱਥੇ ਸਿੱਖ ਭਾਈਚਾਰਾ ਮਹਿਫੂਜ਼ ਆ? ਭਾਜੀ, ਮੈਂ ਨਾ ਇੱਕ ਵਾਰੀ ਇੱਥੇ ਕਈ ਸਿੰਘਾਂ ਨੂੰ
ਇਹ ਲੋਕ ਕੋਈ ਕੰਮ ਨੀ ਗਾ। ਮੈਂ ਕਈ ਵਾਰੀ ਮੇਰੀ ਫੇਸਬੁੱਕ ਤੇ ਸਟੋਰੀ ਵੀ ਸੁਣਾਉਣਾ ਹੁੰਦਾ ਕਿ ਇਹ ਦੋ ਹਾਲ ਆ, ਕੁੱਤੇ ਦਾ ਨਾ ਉਹ ਉੱਥੇ ਫੱਟੇ ਤੇ ਬੈਠਾ ਰਹਿੰਦਾ, ਚੌਂ ਚੌਂ ਕਰਦਾ ਰਹਿੰਦਾ, ਥੱਲੇ ਕਿੱਲ ਤੋਂ ਉੱਠਦਾ ਨੀਗਾ। ਸਾਡੀ ਜਿਹੜੀ ਕੌਮ ਆ ਨਾ, ਆਤਮਾ ਸਿੰਘ ਜੀ, ਰਵੀ ਜੀ ਦਾ ਸਵਾਲ, ਫਿਰ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ ਕਿਉਂ ਗਏ? ਆਤਮਾ ਜੀ, ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀ ਨਾ, ਪੰਜਾਬ ਚ ਸਿਰਫ ਸਰਦਾਰਾਂ ਨੂੰ ਪ੍ਰੋਬਲਮ ਨਹੀਂ ਹੋਈ, ਉੱਥੇ ਹਿੰਦੂਆਂ ਨੂੰ ਵੀ 35,000 ਹਿੰਦੂ ਵੀ ਮਰਿਆ ਪੰਜਾਬ ਚ, ਉਹਦਾ ਕਦੀ ਕਿਸੇ ਨੇ ਜ਼ਿਕਰ ਨਹੀਂ ਕੀਤਾ। ਪੰਜਾਬ ਦੇ ਵਿੱਚ ਪ੍ਰਦੇਸ਼ ਤੋਂ ਬਿਲੋਂਗ ਕਰਦਾ ਮੈਂ, ਮੱਧ ਪ੍ਰਦੇਸ਼ ਦਾ ਰਹਿਣਾ। ਤੁਸੀਂ ਪੰਜਾਬ ਕਦੀ ਗਏ ਹੀ ਨਹੀਂ, ਤੁਹਾਨੂੰ ਪੰਜਾਬ ਦੇ ਬਾਰੇ, ਮੈਂ ਪੰਜਾਬ ਦਾ ਹੀ ਹਾਂ, ਪੰਜਾਬ ਦਾ ਹਿੰਦੂ ਹਾਂ ਔਰ ਪੰਜਾਬ ਦੀ ਜੰਮਿਆ ਪਲਿਆ। ਚਲੋ, ਅਸੀਂ ਆਪਾਂ ਹਿੰਦੂ ਮੁਸਲਮਾਨ ਡਿਬੇਟ ਨੀ ਲੈ ਕੇ ਜਾਣੀ, ਨਾ ਮੁੱਦਾ ਲੈ ਕੇ ਜਾਣਾ। ਅਸੀਂ ਹਿੰਦੂ ਮੁਸਲਮਾਨ ਹਿੰਦੂ ਸਿੱਖ ਨੀ ਲੈ ਕੇ ਜਾਣੀ। ਭਾਰਤ ਦਾ ਮੀਡੀਆ ਤੋਂ ਅਸੀਂ ਪਹਿਲਾਂ ਹੀ ਪਰੇਸ਼ਾਨ ਆ, ਰਵੀ ਜੀ, ਆਤਮਾ ਜੀ, ਅਸੀਂ ਭਾਰਤ ਦੇ ਮੀਡੀਆ ਤੋਂ ਪਹਿਲਾਂ ਹੀ ਪਰੇਸ਼ਾਨ ਆ, ਉੱਥੇ ਦੀ ਡਿਬੇਟਾਂ ਤੋਂ ਪਹਿਲਾਂ ਹੀ ਪਰੇਸ਼ਾਨ ਆ। ਹਿੰਦੂ ਮੁਸਲਮਾਨ ਨੀ ਲੈ ਕੇ ਜਾਣੀ। ਲੈਟਸ ਟਾਕ ਅਬਾਊਟ ਪ੍ਰੋਗਰੈਸਿਵ ਥਿੰਗ, ਹਾਓ ਕਾਂਗਰਸ ਪਾਰਟੀ ਕੈਨ ਮੇਕ ਪੰਜਾਬ, ਹਾਓ ਯੂਰ ਮੈਂਬਰ ਆਫ ਪਾਰਲੀਮੈਂਟ ਕੈਨ ਮੇਕ ਪੰਜਾਬ ਆਰ ਯੂ ਪੰਜਾਬ, ਦਿਸ ਇਜ਼ ਮਾਈ ਕੁਐਸਚਨ, ਤੁਸੀਂ ਆਪਦਾ ਜਵਾਬ ਦਿਓ। ਆਤਮਾ ਸਿੰਘ ਜੀ, ਆਤਮਾ ਸਿੰਘ ਜੀ, ਆਰੋਪ ਪ੍ਰਤਿਆਰੋਪ ਦੇ ਲਈ ਅਸੀਂ ਇਹ ਮੰਚ ਤਿਆਰ ਨਹੀਂ ਕੀਤਾ। ਆਤਮਾ ਸਿੰਘ ਜੀ, ਆਤਮਾ ਸਿੰਘ ਜੀ ਨਹੀਂ, ਆਤਮਾ ਸਿੰਘ ਜੀ ਨਹੀਂ, ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਲਈ ਅਸੀਂ ਮੰਚ ਨੂੰ ਤਿਆਰ ਨਹੀਂ ਕੀਤਾ। ਅਸੀਂ ਇਸ ਮੰਚ ਨੂੰ NRI ਭਰਾਵਾਂ ਲਈ ਇਸ ਕਰਕੇ ਤਿਆਰ ਕੀਤਾ, ਤੁਸੀਂ ਸਾਨੂੰ ਗਾਂਹ ਦੱਸੋ ਕਿ ਤੁਹਾਡੀ ਪਾਰਟੀ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ, ਔਰ ਜਿਹੜੇ ਤੁਸੀਂ ਰੀਪ੍ਰੈਜੈਂਟੇਟਿਵ ਮੈਦਾਨ ਦੇ ਉੱਤੇ ਉਤਾਰੇ ਹਨ, ਖਾਸ ਤੌਰ ਦੇ ਉੱਤੇ ਸਨੀ ਦਿਓਲ ਨੇ ਉਤਾਰਿਆ, ਕਿਸ ਕਰਕੇ ਉਤਾਰਿਆ ਔਰ ਕੀ ਸੋਚ ਕੇ ਉਤਾਰਿਆ? ਸਨੀ ਦਿਓਲ ਦੀ ਬਹੁਤ ਹੀ ਅੱਜ ਤੱਕ ਜਿਹੜੀ ਪੰਜਾਬੀਅਤ ਨੂੰ, ਜਿਹੜੀ ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ ਇਕੱਲੀ, ਸਨੀ ਦਿਓਲ ਦੀ ਪੰਜਾਬੀਅਤ ਨੂੰ ਜਿੰਨੀ ਪਛਾਣ ਪੰਜਾਬੀਅਤ ਨੂੰ ਸਨੀ ਦਿਓਲ ਹੋਣਾ ਨੇ ਯੰਗਸਟਰ ਤੇ ਯੂਥ ਦੇ ਵਿੱਚ ਦਿੱਤੀ ਆ, ਮੇਰੇ ਖਿਆਲ ਨਾਲ ਪੰਜਾਬ ਦਾ ਕੋਈ ਲੀਡਰ ਨਹੀਂ ਗਾ ਜਿੰਨਾ ਇੰਨਾ ਮਸ਼ਹੂਰ ਹੋਵੇ। ਬਾਕੀ ਸਾਡੀ ਬੀਜੇਪੀ ਦਾ ਸ਼ੁਰੂ ਤੋਂ ਅਸੂਲ ਰਿਹਾ ਕਿ ਹਰ ਇੱਕ ਤਬਕੇ ਤੋਂ, ਸਪੋਰਟਸਮੈਨ ਨੂੰ, ਤੁਸੀਂ ਭਾਵੇਂ ਫਿਲਮ ਇੰਡਸਟਰੀ ਚ ਹੁੰਦੇ ਹੋ, ਭਾਵੇਂ ਜਿੱਥੋਂ ਮਰਜ਼ੀ ਹੁੰਦੇ, ਹਰ ਇੱਕ ਨੂੰ ਇੱਕ ਨਾ ਇੱਕ ਬੰਦੇ ਨੂੰ ਰੀਪ੍ਰੈਜੈਂਟੇਸ਼ਨ ਦਿੱਤਾ ਵਾ, ਜਿਹਨਾਂ ਨੂੰ ਕਿ ਸਾਰੇ ਲੋਕਾਂ ਨੇ ਅੱਖਾਂ ਤੇ ਭਾਲਿਆ ਵਾ। ਇਸ ਵੇਲੇ ਸਨੀ ਦਿਓਲ ਦੀ ਬੱਲੇ ਬੱਲੇ ਆ, ਹਰ ਇੱਕ ਜਗ੍ਹਾ ਜਿੱਥੇ ਵੀ ਜਾਓ, ਇੱਥੇ ਮੈਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਦੇਖਦਾ, ਹਰ ਯੰਗਸਟਰ ਜਿਹੜਾ NRI ਆ ਉਹ ਇੰਨਾ ਖੁਸ਼ ਆ ਕਿ ਚਲੋ ਕੋਈ ਤੇ ਚੰਗਾ ਬੰਦਾ NRI ਆਪਣਾ ਫਿਲਮ ਇੰਡਸਟਰੀ ਤੋਂ ਸਨੀ ਦਿਓਲ ਆਇਆ, ਇਹਦੇ ਡਾਇਲੌਗ ਮਾਰ ਮਾਰ ਕੇ ਲੋਕੀ ਵੱਡੇ ਗਏ। ਸਾਡਾ ਜਿਹੜਾ ਇਹ ਡਾਇਲੌਗ ਹੀ ਮਾਰੇਗਾ ਉੱਥੇ ਜਾ ਕੇ, ਬਸ ਡਾਇਲੌਗ ਹੀ ਵਜਣੇ ਆ, ਉਹ ਡਾਇਲੌਗ ਮਾਰ ਕੇ ਆ ਜਾਏਗਾ ਵਾਪਸ। ਇਹ ਇਲੈਕਸ਼ਨਾਂ ਦਾ ਬਸ ਦੌਰ ਹੈ, ਇਲੈਕਸ਼ਨ ਖਤਮ ਹੋਏ ਨਹੀਂ ਤੇ ਵਾਪਸ ਆਏ ਨਹੀਂ, ਔਰ ਪੰਜਾਬ ਚ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਔਰ ਬਹੁਤ ਸਟਰੋਂਗ ਹੈਗੀ ਆ, ਤੁਹਾਡੇ ਦੇ ਸਾਰੇ ਲੀਡਰ ਇੱਥੇ ਬਾਹਰ ਰਹਿੰਦੇ ਆ। ਨਹੀਂ, ਮੇਰੇ ਖਿਆਲ ਖੈਰ ਆਤਮਾ ਜੀ, ਤੁਸੀਂ ਕਿਉਂਕਿ ਤੁਸੀਂ ਕਦੀ ਪੰਜਾਬ ਗਏ ਨਹੀਂ ਹੈ, ਇਸ ਕਰਕੇ ਤੁਹਾਨੂੰ ਪੰਜਾਬ ਦਾ ਪਤਾ ਨਹੀਂ ਹੈ। ਅਸੀਂ ਲੋਕ ਜਿਹੜੇ ਪੰਜਾਬ ਦੇ ਲੋਕ ਆ, ਪੰਜਾਬ ਦੇ ਨਾਲ ਹਰ ਵਕਤ ਜੁੜੇ ਰਹਿੰਦੇ ਆ। ਪੰਜਾਬੀਆਂ ਦਾ ਜਿਹੜਾ ਉਹ ਧਰਮ ਹੈ ਨਾ, ਉਹ ਅਗਰ ਇੱਥੇ ਅਮੈਰੀਕਾ ਜਗ੍ਹਾ ਤੇ ਨਾਲ ਇੰਡੀਆ ਚ ਵੀ ਹੈਗਾ, ਔਰ ਅੱਜ ਵੀ ਅਸੀਂ ਜੁੜੇ ਰਹੇ ਹਾਂ। ਮੈਂ ਇੱਥੇ ਬੈਠਾ ਅੱਜ ਤੇ ਮੇਰਾ ਬੇਟਾ ਇਲੈਕਸ਼ਨ ਵਾਸਤੇ ਗਿਆ ਵਾ। ਅਸੀਂ ਲੋਕ ਜਿਹੜੇ ਹੈ ਪੰਜਾਬ ਦੇ ਬੜੇ ਪਿਆਰ ਵਾਲੇ ਲੋਕ ਹੈ ਔਰ ਬੜੇ ਭਾਈਚਾਰੇ ਵਾਲੇ ਲੋਕ ਹੈ, ਲੇਕਿਨ ਇਹ ਬਾਹਰੋਂ ਦੇਖੋ ਬੰਬੇ ਤੋਂ ਲੜਨ ਗਿਆ, ਅੱਜ ਤੱਕ ਤਾਂ ਪੰਜਾਬ ਚ ਗਿਆ ਨੀ। ਸੰਨੀ ਦਿਓਲ ਨੇ ਕਦੀ ਪੰਜਾਬ ਲਈ ਕੁਛ ਕੀਤਾ? ਇੰਨਾ ਇੰਨਾ ਅੱਗੇ ਫਿਲਮ ਐਕਟਰ ਬਣੇ ਹੇਮਾ ਮਾਲਨੀ ਉੱਥੇ ਤਾਂ ਚੁੱਕ ਕੇ ਉੱਥੇ ਫੋਟੋ ਖਿਚਾ ਰਹੀ ਹੈ, ਫੋਟੋ ਸ਼ੂਟ ਕਰਾ ਰਹੀ ਆ। ਰਵੀ ਜੀ ਕਾਂਗਰਸ ਨੇ ਵੀ ਰਾਜ ਬੱਬਰ, ਰਾਜੇਸ਼ ਖੰਨਾ, ਇਹਨਾਂ ਨੂੰ ਵੀ ਮੈਦਾਨ ਚ ਉਤਾਰਿਆ ਸੀ। ਬੜੇ
ਸੀਨੀਅਰ ਲੀਡਰ ਨੇ ਰਾਜੇਸ਼ ਖੰਨਾ ਦਾ, ਤੁਸੀਂ ਦੇਖਿਆ ਕਿੰਨਾ ਫੈਨ ਫਾਲੋਅਰ ਸੀ ਉਹਨੂੰ ਨਿਊ ਦਿੱਲੀ ਚ ਰੱਖਿਆ, ਰਾਜ ਬੱਬਰ ਨੇ ਯੂਪੀ ਚ ਰੱਖਿਆ, ਅਗਰ ਸੁਨੀਲ ਦੱਤ ਨੂੰ ਲਿਆਂਦਾ ਸੁਨੀਲ ਦੱਤ ਨੂੰ ਬੰਬੇ ਚ ਰੱਖਿਆ, ਅਗਰ ਸੁਨੀਲ ਦੱਤ ਸੀਗਾ ਤੇ ਸੁਨੀਲ ਦੱਤ ਆਤਮਾ ਸਿੰਘ ਜੀ ਆਤਮਾ ਸਿੰਘ ਜੀ ਇੱਕ ਮਿੰਟ ਵੇਟ ਕਰੋ ਉਹਨਾਂ ਦਾ ਸਵਾਲ ਉਹਨਾਂ ਦਾ ਜਵਾਬ ਸੁਣ ਲਓ ਪਹਿਲਾਂ ਆਤਮਾ ਜੀ ਮੈਂ ਦੋਵਾਂ ਨੂੰ ਰਿਕੁਐਸਟ ਕਰਦਾ ਕਿ ਅਸੀਂ ਬ੍ਰੇਕ ਦੇ ਉੱਤੇ ਜਾ ਰਹੇ ਹਾਂ ਮੈਂ ਦੋਵੇਂ ਲੀਡਰਾਂ ਨੂੰ ਬੇਨਤੀ ਕਰਦਾ ਕਿ ਇੱਕ ਮਿੰਟ ਮੈਨੂੰ ਦੇ ਦਿਓ, ਅਸੀਂ ਬ੍ਰੇਕ ਦੇ ਉੱਤੇ ਜਾ ਰਹੇ ਹਾਂ, ਜਦ ਬ੍ਰੇਕ ਤੋਂ ਬਾਅਦ ਵਾਪਿਸ ਆਵਾਂਗੇ ਤੁਹਾਡੀ ਇਸ ਬਹਿਸ ਨੂੰ ਜਾਰੀ ਰੱਖਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਕਾਲ ਲਵਾਂਗੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਇਹ 2.5 ਕਿਲੋ ਦਾ ਹੱਥ ਜਦ ਕਿਸੇ ਦੇ ਉੱਤੇ ਪੜਦਾ ਨਾ ਤਾਂ ਬੰਦਾ ਉੱਠਦਾ ਨਹੀਂ, ਉੱਠ ਜਾਂਦਾ। ਮੈਂ ਨਹੀਂ, ਸਨੀ ਦਿਓਲ ਅੱਜ ਕੱਲ੍ਹ ਪੰਜਾਬ ਦੀਆਂ ਰੈਲੀਆਂ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਕਹਿ ਰਹੇ ਨੇ, ਲੇਕਿਨ ਦਰਸ਼ਕ ਸਾਡੇ ਕੀ ਕਹਿ ਰਹੇ ਨੇ ਉਹ ਆਪਾਂ ਜ਼ਰੂਰ ਸੁਣਨਾ ਚਾਹੁੰਦੇ ਹਾਂ। ਔਰ ਰਵੀ ਜੀ ਔਰ ਆਤਮਾ ਸਿੰਘ ਜੀ ਵੀ ਮੇਰੇ ਨਾਲ ਲਾਈਨ 'ਤੇ ਨੇ, ਉਹਨਾਂ ਨੂੰ ਵੀ ਅਸੀਂ ਲਾਈਨ ਦੇ ਉੱਤੇ ਰੱਖਿਆ ਹੋਇਆ ਹੈ, ਲੇਕਿਨ ਦਰਸ਼ਕਾਂ ਦੀ ਕਾਲ ਵੀ ਅਸੀਂ ਜ਼ਰੂਰ ਲੈਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲੈਂਦੇ ਆਪਣੀ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਅਮਰੀਕ ਕਾਲੋਂ ਬੋਲ ਰਿਹਾ, ਅੰਟਾਰੀਓ ਲੰਡਨ ਕੈਨੇਡਾ। ਹਾਂਜੀ, ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ, ਠੀਕ ਹੋ? ਚੜ੍ਹਦੀ ਕਲਾ? ਬਿਲਕੁਲ, ਸਤਿ ਸ਼੍ਰੀ ਅਕਾਲ, ਮੈਂ ਦੇਖ ਰਿਹਾ ਤੁਹਾਨੂੰ, ਇੰਨਾ ਸੋਹਣਾ ਪ੍ਰੋਗਰਾਮ ਹੈ ਬ੍ਰਦਰ, ਮੈਂ ਤਾਂ ਨਾ ਇੰਨਾ ਆਈ ਲਵ ਇਟ, ਵੈਨ ਆਈ ਸੀ ਯੂ, ਬੜੇ ਸੋਹਣੇ ਕੁਐਸਚਨ ਤੁਸੀਂ ਕਰਦੇ ਹੋ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ। ਕੋਈ ਸਵਾਲ ਤੁਹਾਡਾ? ਮੇਰਾ ਸਵਾਲ ਨਾ, ਇੱਕ ਮਿਸਟਰ ਆਤਮਾ ਸਿੰਘ ਬੈਠੇ ਜੀ ਤੁਹਾਡੇ ਤੁਹਾਡੇ ਲੈਫਟ ਤੇ, ਮੇਰੇ ਰਾਈਟ ਨੇ ਟੀਵੀ ਦੇ। ਹਾਂਜੀ ਹਾਂਜੀ ਬਿਲਕੁਲ, ਆਤਮਾ ਸਿੰਘ ਜੀ ਸੁਣ ਰਹੇ ਨੇ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀ ਕਿ ਗੁਜਰਾਤ ਬਾਰੇ, ਕਿਉਂਕਿ ਮੈਂ ਆਪਣੇ ਦਾਦਾ ਜੀ ਨੂੰ ਗੱਲ ਇਹ ਕਰਦਿਆਂ ਸੁਣਿਆ ਕਿ ਜਦੋਂ ਰਾਨਕਸ਼ ਦੇ ਵਿੱਚ ਗਏ, ਇਹਨਾਂ ਜ਼ਮੀਨਾਂ ਦਿੱਤੀਆਂ ਸਾਡੇ ਜੱਟਾਂ ਨੂੰ ਕਿ ਤੁਸੀਂ ਆਬਾਦ ਕਰੋ, ਆ ਕੇ ਉਹਨਾਂ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਇੰਨਾ ਦਲਦਲ ਹੈ ਕਿ ਸਾਡੇ ਜੱਟਾਂ ਲਈ ਇੰਨੀ ਮੁਸ਼ਕਲ ਹੈ, ਫਿਰ ਵੀ ਸਾਡੇ ਲੋਕ ਉੱਥੇ ਆਬਾਦ ਕੀਤਾ ਸਾਰਾ ਕੁਝ, ਤੇ ਮਿਸਟਰ ਮੋਦੀ ਨੇ ਕੀ ਦਿੱਤਾ ਉਹਨਾਂ ਨੂੰ? ਤੁਹਾਨੂੰ ਯਾਦ ਹੋਏਗਾ ਕਿ ਸਾਰੀਆਂ ਰਜਿਸਟਰੀਆਂ ਕੈਂਸਲ ਕਰਤੀਆਂ ਉਹਨਾਂ ਦੀਆਂ। ਠੀਕ ਹੈ, ਮੈਂ ਪੁੱਛ ਲੈਣਾ ਆਤਮਾ ਸਿੰਘ ਜੀ ਤੋਂ, ਲੈ ਲੈਣੇ ਆਪਾਂ ਇਹ ਸਵਾਲ, ਮਿਹਰਬਾਨੀ ਤੁਹਾਡੀ, ਇਹਨਾਂ ਕੋਲ ਜਵਾਬ ਲਓ ਤੇ ਸ਼ਾਇਦ ਇਹਨਾਂ ਦਾ ਉਦੋਂ ਜਨਮ ਵੀ ਨਾ ਹੋਇਆ ਹੋਵੇ ਜਦੋਂ ਮੈਂ ਗੱਲ ਕਰ ਰਿਹਾ। ਆਤਮਾ ਸਿੰਘ ਜੀ, ਟਾਕਿੰਗ ਅਬਾਊਟ 1959 ਔਰ 60। ਠੀਕ ਹੈ, ਕੀ ਉਹ ਮਿਸਟਰ ਮੋਦੀ ਨੇ ਉਹ ਉਹਨਾਂ ਨੂੰ ਰਜਿਸਟਰੀਆਂ ਕਰਾ ਦਿੱਤੀਆਂ ਜਾਂ ਉਹਨਾਂ ਦੀਆਂ ਵਾਪਸ ਕਰਾਈਆਂ? ਮਿਸਟਰ ਬਾਦਲ ਨੇ ਮੋਦੀ ਦੀ ਹੈਲਪ ਕੀਤੀ ਹੈ। ਚਲੋ, ਮਿਸਟਰ ਬਾਦਲ ਕਿਹੜੇ ਪਾਸੇ ਬੰਦਕ ਹੈਗਾ? ਤੁਸੀਂ ਗੱਲਾਂ ਤੇ ਕਰ ਦਿੰਦੇ ਹੋ ਇੱਕਦਮ ਬੜੀਆ, ਬਹੁਤ ਤਗੜੀਆਂ, ਵੈਰੀ ਗੁੱਡ, ਲੌਜਿਕ ਪੁਆਇੰਟ ਨਾਲ ਗੱਲ ਕਰੋ ਮਿਸਟਰ ਆਤਮਾ ਸਿੰਘ, ਜੇ ਆਉਂਦਾ ਤੁਹਾਨੂੰ ਤੇ, ਅਦਰਵਾਈਜ਼ ਡੋਂਟ ਸੇ ਰੋਂਗ ਥਿੰਗ ਅਬਾਊਟ ਜੱਟ ਸਿੱਖ। ਥੈਂਕ ਯੂ ਆਤਮਾ ਸਿੰਘ ਜੀ, ਲੈਣਾ ਮੈਂ ਲੈਣਾ ਲੈਣਾ, ਤੁਸੀਂ ਤਿਆਰੀ ਕਰ ਲਓ, ਤਾਂ ਤੱਕ ਮੇਰੇ ਹੋਰ ਵੀ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਜੀ ਆਤਮਾ ਸਿੰਘ ਜੀ, ਮੈਂ ਲੈਣਾ ਤੁਹਾਨੂੰ, ਮੇਰੇ ਨਾਲ ਹੋਰ ਵੀ ਕਾਲਰ ਜੁੜ ਗਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਜੀ ਗੋ ਹੈਡ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਜਿਹੜੇ ਦੋਨੋਂ ਰਿਪ੍ਰੈਜ਼ੈਂਟੇਟਿਵ ਨੇ ਉਹ ਆਪਣੀ ਆਪਣੀ ਗੱਲ ਤਾਂ ਠੀਕ ਕਰ ਰਹੇ ਨੇ, ਆਪਣੀ ਆਪਣੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ ਠੀਕ ਤਰ੍ਹਾਂ ਨਾਲ, ਪਰ ਜਿਹੜੀ ਸਨੀ ਦਿਓਲ ਦੀ ਇਹਨਾਂ ਨੇ ਨੋਮੀਨੇਸ਼ਨ ਕੀਤੀ ਹੈ ਗੁਰਦਾਸਪੁਰ ਤੋਂ, ਹੀ ਇਜ਼ ਅ ਵੈਰੀ ਗੁੱਡ ਐਕਟਰ, ਅਸੀਂ ਵੀ ਉਹਨੂੰ ਬਹੁਤ ਪਸੰਦ ਕਰਦੇ ਰਹੇ ਹਾਂ, ਪਰ ਕੀ ਉਹ ਕਾਮਨ ਬੰਦਿਆਂ ਦੀਆਂ ਪ੍ਰੋਬਲਮ ਸਮਝ ਸਕਦਾ? ਕਿ ਉਹਨੂੰ ਪਤਾ ਉੱਥੋਂ ਦੇ ਬੱਚਿਆਂ ਦੀਆਂ ਕੀ ਪ੍ਰੋਬਲਮਸ ਨੇ, ਕਿ ਉੱਥੋਂ ਦੀਆਂ ਟੀਚਰਸ ਦੀਆਂ ਕੀ ਪ੍ਰੋਬਲਮਸ ਨੇ, ਕਿ ਉੱਥੇ ਆਮ ਕਿਸਾਨਾਂ ਦੀਆਂ ਕੀ ਪ੍ਰੋਬਲਮਸ ਨੇ? ਉਹ ਸਿਰਫ ਇੱਕ ਟੀਵੀ ਸ਼ੂਟਿੰਗ ਨਹੀਂ ਹੈਗੀ ਕਿ ਤੁਸੀਂ ਉੱਥੇ ਆ ਕੇ ਪਬਲਿਕ ਇਕੱਠੀ ਕਰ ਲਈ ਤੇ ਉਹ ਸ਼ੂਟ ਕਰ ਰਿਹਾ ਵਾ, ਟੂ ਮੀ ਇਟਸ ਜਸਟ ਲਾਈਕ ਏ ਪ੍ਰੀਮੀਅਮ ਆਫ ਏ ਮੂਵੀ। ਤੇ ਦੂਸਰੀ ਗੱਲ ਜਿਹੜੀ ਇਹ ਭਾਜ ਸਾਹਿਬ ਕਹਿ ਰਹੇ ਨੇ ਆਤਮਾ ਸਿੰਘ ਜੀ ਵੀ ਪੰਜਾਬ ਦੀ ਹਾਲਤ ਬਹੁਤ ਅੱਛੀ ਆ, ਉੱਥੇ ਕੋਈ ਅੱਛੀ ਹਾਲਤ ਨਹੀਂ ਹੈ। ਮੈਂ ਸਨ ਫਰਾਂਸਿਸਕੋ ਬੇ ਏਰੀਏ ਤੋਂ ਬੋਲਦੀ ਹਾਂ ਮਿਸਿਸ ਕਾਲੋ, ਮੈਂ ਹਰ ਸਾਲ ਪੰਜਾਬ ਨੂੰ ਵਿਜ਼ਿਟ ਕਰਦੀ ਹਾਂ, ਉੱਥੇ ਦੀ ਹਾਲਤ ਉਸੇ ਤਰ੍ਹਾਂ ਦੀ ਆ ਜੋ ਅੱਜ ਤੋਂ 15-20 ਸਾਲ ਪਹਿਲਾਂ ਸੀ। ਥੈਂਕ ਯੂ ਵੈਰੀ ਮੱਚ ਫੋਰ ਯੋਰ, ਥੈਂਕ ਯੂ ਵੈਰੀ ਮੱਚ ਮਿਸਿਸ ਕਾਲੋ ਫੋਰ ਯੋਰ ਫੀਡਬੈਕ ਐਂਡ ਕਮੈਂਟਸ ਔਨ ਦਿਸ ਇਸ਼ੂ ਟੂਡੇ। ਤੇ ਆਤਮਾ ਸਿੰਘ ਜੀ, ਤੁਸੀਂ ਸੁਣ ਲਿਆ ਹੋਣਾ ਕਿ ਹੁਣ ਸਾਡੇ ਜਿਹੜੇ ਦਰਸ਼ਕ ਨੇ, ਵਿਊਅਰਸ ਨੇ, ਉਹ ਬਿਲਕੁਲ ਚੰਗੀ ਨੇ, ਮੈਂ ਹਰ ਸਾਲ ਜਾਂਦੀ ਹਾਂ। ਠੀਕ ਹੈ ਮਿਸਿਸ ਕਾਲੋ, ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਆਤਮਾ ਸਿੰਘ ਜੀ, ਗੋ ਹੈਡ। ਅੱਛਾ, ਦੇਖੋ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਭੈਣ ਜੀ ਨਾਲ ਤੇ ਭਾਜੀ ਅੰਟਾਰੀਓ ਟੋਰਾਂਟੋ ਦੇ ਜਿਹੜੇ ਜੁੜੇ ਸੀਗੇ, ਮੈਂ ਉਹਨਾਂ ਦੇ ਦੁੱਖ ਸਮਝਦਾ ਵਾਂ। ਇਹ ਜਿਹੜੇ ਜ਼ਖਮ ਦਿੱਤੇ ਹੋਏ ਆ ਨਾ, ਇਹ ਕਾਂਗਰਸ ਨੇ ਸਾਨੂੰ 78 ਤੋਂ ਦਿੱਤੇ ਆ, ਜਦੋਂ ਨਿਰੰਕਾਰੀ ਕਾਂਡ ਹੋਏ ਤਾਂ ਉਦੋਂ ਸਿੱਖਾਂ ਨੂੰ ਸਰੇਆਮ ਕਾਂਗਰਸ ਦੀ ਪਾਰਟੀ ਦੇ ਲੋਕਾਂ ਨੇ ਗੋਲੀਆਂ ਚਲਾ ਕੇ ਮਾਰਿਆ। ਫਿਰ ਉਸ ਤੋਂ ਬਾਅਦ ਸਾਡੇ ਜਿਹੜੇ
ਬੱਚੇ ਆ ਜਵਾਨ ਬੱਚੇ ਆ ਉਹ ਮਾਰੇ, ਫਿਰ ਉਸ ਤੋਂ ਬਾਅਦ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ 84 ਇੰਦਰਾ ਗਾਂਧੀ ਕਾਂਡ ਚ ਅੰਨੇ ਤਸ਼ੱਦਦ ਕੀਤੇ ਗਏ, ਸਾਡੇ ਸਿੱਖਾਂ ਨੂੰ ਮਾਰਿਆ ਗਿਆ, ਬੀਬੀਆਂ ਨੂੰ ਮਾਰਿਆ ਗਿਆ, ਰੇਪ ਕੀਤੇ ਸਾਡੇ ਰੋਡ ਦੇ ਉੱਤੇ। ਅੱਜ ਇਹ ਲੋਕ ਭੁੱਲ ਜਾਂਦੇ ਆ, ਇਹ ਇਹਨਾਂ ਨੂੰ ਸਮਝ ਨਹੀਂ ਆਉਂਦੀ। ਆਤਮਾ ਸਿੰਘ ਜੀ, ਆਤਮਾ ਸਿੰਘ ਜੀ, ਉਸੀ ਗੱਲ ਨੂੰ ਦੁਹਰਾ ਕੇ ਸਵਾਲ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੋ। ਮੈਨੂੰ ਆਹ ਦੱਸੋ ਕਿ ਹੁਣ ਹਾਲ ਫਿਲਹਾਲ ਦੇ ਵਿੱਚ ਮੋਦੀ ਨੇ ਕੀ ਕੀਤਾ 5 ਸਾਲਾਂ ਦੇ ਵਿੱਚ, ਤੁਸੀਂ ਆਹ ਦੱਸੋ। ਰਵੀ ਜੀ, ਤੋਂ ਮੈਂ ਤੁਹਾਡਾ ਵੀ ਜਵਾਬ ਲਵਾਂਗਾ ਇਸ ਤੋਂ ਬਾਅਦ। ਮੈਂ ਉੱਥੇ ਨਹੀਂ ਜਾਣਾ ਚਾਹੁੰਦਾ ਕਿ ਬੀਜੇਪੀ ਨੇ ਗੁਜਰਾਤ ਦੇ ਵਿੱਚ ਕੀ ਕੀਤਾ ਜੀ। ਪੰਜਾਬੀ ਜਿੰਨੇ ਪੰਜਾਬ ਚ ਨਹੀਂ ਗਏ, ਉਸ ਤੋਂ ਜ਼ਿਆਦਾ ਮੱਧ ਪ੍ਰਦੇਸ਼, ਗੁਜਰਾਤ, ਡਬਰਾ ਏਰੀਆ, ਗਵਾਲੀਅਰ ਏਰੀਆ, ਤੁਸੀਂ ਜਿਹੜੇ ਮਰਜ਼ੀ ਏਰੀਏ ਚ ਚਲ ਜਾਓ, ਉੱਥੇ ਤੁਹਾਨੂੰ ਪੰਜਾਬੀ, ਸਾਡੇ ਪੰਜਾਬੀਆਂ ਦਾ ਇਹ ਹੁੰਦਾ ਹੈਗਾ ਕਿ ਇੰਨੀ ਰਿਸਪੈਕਟ ਸੀਗੀ ਕਾਂਗਰਸ ਦੇ ਲੋਕਾਂ ਨੇ ਪੰਜਾਬੀਆਂ ਦੀ, ਰਿਸਪੈਕਟ ਵਿਦੇਸ਼ ਜਿਹੜੇ ਪ੍ਰਦੇਸ਼ਾਂ ਦੇ ਰਹਿੰਦੇ ਹੁੰਦੇ ਸੀ। ਪੰਜਾਬੀ ਤਾਂ ਦੁਨੀਆਂ ਸਾਰੀ ਲੈ ਗਏ ਆ, ਪੰਜਾਬੀਆਂ ਨੂੰ ਤੁਸੀਂ ਉਹ ਭੁੱਲ ਜਾਓ, ਇੰਡੀਆ ਚ ਨਹੀਂ ਸਾਰੀ ਦੁਨੀਆਂ ਚ ਰਾਜ ਕਰਦੇ ਆ ਪੰਜਾਬੀ, ਹਰ ਜਗ੍ਹਾ ਹੈ। ਆਤਮਾ ਸਿੰਘ ਜੀ, ਸਨੀ ਦਿਓਲ ਨੂੰ ਲੈ ਕੇ ਵੀ ਸਾਡੇ ਦਰਸ਼ਕ ਇਹ ਕਹਿ ਰਹੇ ਨੇ ਹੀ ਇਜ਼ ਗੁੱਡ ਇਨ ਟੀਵੀ, ਹੀ ਕੈਨ ਬੀ ਅ ਗੁੱਡ ਐਸੈਟ ਫਾਰ ਦੀ ਬਾਲੀਵੁੱਡ ਇੰਡਸਟਰੀ ਬਟ ਨਾਟ ਫਾਰ ਗੁਰਦਾਸਪੁਰ ਪੰਜਾਬ। ਦੇਖੋ ਦੇਖੋ, ਮੈਂ ਉਹਨਾਂ ਦੀ ਨੌਲੇਜ ਦੀ ਰਿਸਪੈਕਟ ਕਰਦਾ ਵਾਂ, ਉਹ ਟੀਵੀ ਆਉਂਦੀਗਾ, ਉਹ ਮੂਵੀ ਸਟਾਰ ਆ, ਸੁਪਰ ਸਟਾਰ ਪਰਿਵਾਰ ਤੋਂ ਆ। ਉਹਨਾਂ ਲੋਕਾਂ ਨੇ ਜ਼ਮੀਨ ਤੋਂ ਉੱਠ ਕੇ ਟੈਕਸੀ ਚਲਾ ਕੇ, ਜਿੱਦਾਂ ਅਸੀਂ ਲੋਕਾਂ ਨੇ ਅਮਰੀਕਾ ਜਾ ਕੇ ਟੈਕਸੀ ਚਲਾ ਕੇ ਆਪਣੇ ਬਿਜ਼ਨਸ ਇਕੱਠੇ ਕਰੇ, ਖੜੇ ਕੀਤੇ, ਭੈਣ ਭਰਾਵਾਂ ਨੂੰ ਸਟੈਂਡ ਕੀਤਾ ਨਾ, ਉਹਨਾਂ ਲੋਕਾਂ ਨੇ, ਧਰਮਿੰਦਰ ਨੇ ਵੀ ਟੈਕਸੀ, ਉਹ ਕੋਈ ਮੂੰਹ ਤੇ ਸੋਨੇ ਦਾ ਤੇ ਉਹ ਚਿੱਟਾ ਨਹੀਂ ਲੈ ਕੇ ਆਏਗਾ। ਚਲੋ ਮੈਂ ਇਸ ਬਹਿਸ ਨੂੰ ਤੁਹਾਡੇ ਦੋਵਾਂ ਦੀ, ਸੁਪਰ ਸਟਾਰ ਬਣਿਆ ਤੇ ਦੁਨੀਆ ਚ ਉਹਦੀ ਮੂਵੀ, ਉਹਦੀ ਪੰਜਾਬੀਅਤ ਜਿਹੜੀ ਉਹਨੇ ਗਦਰ ਮੂਵੀ ਪੰਜਾਬੀਅਤ ਚ ਦਿਖਾਈ ਆ, ਉਹਨੇ ਬਾਰਡਰ ਮੂਵੀ ਚ ਪੰਜਾਬੀਆਂ ਦਾ ਰੋਲ ਨਿਭਾਇਆ ਵਾ, ਉਹਨੇ ਇੱਕ ਵਾਰੀ ਜਿਹੜਾ ਸਰਦਾਰਾਂ ਦਾ, ਸਿੱਖਾਂ ਦਾ ਰੋਲ ਅੱਜ ਤੱਕ ਦੁਨੀਆ ਤੇ। ਬਾਰਡਰ ਤਾਂ ਮੈਨੂੰ ਯਾਦ ਹੈ, ਗੁਰਦਾਸਪੁਰ ਵੀ ਸਰਹੱਦੀ ਇਲਾਕਾ ਪੈਂਦਾ ਹੈ, ਉੱਥੇ ਦੇ ਮਸਲੇ ਕੀ ਨੇ ਕੀ ਜਾਣਦੇ ਹਨ ਸਨੀ ਦਿਓਲ। ਖੈਰ, ਮੈਂ ਇਸ ਡਿਬੇਟ ਨੂੰ ਲੰਬਾ ਨਹੀਂ ਲੈ ਕੇ ਜਾਣਾ ਚਾਹੁੰਦਾ। ਆਤਮਾ ਸਿੰਘ ਜੀ, ਰਵੀ ਚੋਪੜਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਆਪਣੇ ਵਿਚਾਰ ਸਾਡੇ ਨਾਲ ਰੱਖੇ। ਮੈਂ ਸਿਰਫ, ਮੇਰੇ ਕੋਲ ਸਮਾਂ ਨਹੀਂ, ਨਹੀਂ ਤਾਂ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਸੀਗਾ ਹੋਰ ਵੀ, ਲੇਕਿਨ ਦਰਸ਼ਕਾਂ ਨੇ ਜੋ ਸਵਾਲ ਪੁੱਛੇ, ਜਿਹੜੇ ਸਾਡੇ ਦਰਸ਼ਕ ਨੇ ਉਹ ਸਾਡੇ ਇਸ ਸ਼ੋਅ ਦਾ ਹਿੱਸਾ ਹਨ, ਉਹ ਬੈਕਬੋਨ ਹਨ, ਅਸੀਂ ਉਹਨਾਂ ਦੀ ਵੀ ਕਾਲਸ ਲੈਣਾ ਚਾਹੁੰਦੇ ਹਾਂ। ਲੇਕਿਨ ਮੈਂ ਫਿਲਹਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਦੋਵਾਂ ਦਾ। ਮੈਂ ਹੁਣ ਇੱਕ ਫਿਲਹਾਲ ਬ੍ਰੇਕ ਲਈ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਮੈਂ ਲਵਾਂਗਾ ਤੁਹਾਡੀ ਕਾਲ। ਅਤੇ ਜੀ, ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ ਰੱਖ ਦਿਓ। ਇਹ ਮੈਂ ਆਪਣੇ ਦਰਸ਼ਕਾਂ ਦੀ ਕਾਲ ਲੈਣਾ ਚਾਹੁੰਦਾ, ਅਤੇ ਦੋਵੇਂ ਜਿਹੜੇ ਆਗੂ ਸਾਡੇ ਨਾਲ ਆਏ ਸੀਗੇ, ਜਿਹੜੇ ਬੁਲਾਰਿਆਂ ਨੇ ਆਪਣੀ ਗੱਲ ਕੀਤੀ, ਲੇਕਿਨ ਉਸ ਤੋਂ ਬਾਅਦ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜ਼ਰੂਰ ਸੁਣਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੇਮਪੁਰਾ ਸਾਹਿਬ, ਠੀਕ ਹੋ? ਕੀ ਚੱਲ ਰਿਹਾ ਹਰਿਆਣੇ ਦੇ ਵਿੱਚ? ਸਭ ਵਧੀਆ ਚੱਲ ਰਿਹਾ। ਪਹਿਲਾਂ ਤਿੰਨਾਂ ਸਟੇਟਾਂ 'ਚ ਇਹਨਾਂ ਬੀਜੇਪੀ ਨੂੰ ਹਰਾ ਕੇ ਨਾ ਪਬਲਿਕ ਦਾ ਮਨ ਬਣ ਚੁੱਕਿਆ ਬਦਲਾਅ ਵਾਸਤੇ। ਮੋਦੀ ਸਾਹਿਬ ਕੋਲ ਤਾਂ ਹੁਣ ਝੂਠ ਵੀ ਮੁੱਕ ਗਏ ਨੇ, ਜਿਹੜੇ ਬੀਜੇਪੀ ਦੇ ਬੁਲਾਰੇ ਸੀ ਉਹ ਸਹੀ ਜਵਾਬ ਉੱਤਰ ਵਾਲੇ ਪਾਸੇ ਆਏ ਹੀ ਨਹੀਂ, ਉਹ ਤੂੰ ਤੂੰ ਐਵੇਂ ਜੀ ਆਪਣਾ ਟਾਈਮ ਖਰਾਬ ਕਰ ਗਏ ਨੇ। ਜਿਹੜੇ ਸਾਡੇ ਗੁਜਰਾਤ ਵਾਲੇ ਸਿੱਖਾਂ ਨੂੰ ਜਾੜਿਆ ਹੈ ਨਾ, ਉਹਦਾ ਜਵਾਬ ਨਹੀਂ ਸਹੀ ਦੇ ਸਕੇ। ਤੇ ਬਾਕੀ ਇੰਡੀਆ ਦਾ ਬੋਰਡਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੂਝਵਾਨ ਹੋ ਗਿਆ, ਪੰਜਾਬ ਦਾ ਬੋਰਡਰ ਵੀ। ਦੁਨੀਆ ਬਦਲਾਵ ਚਾਹੁੰਦੀ ਏ, ਇਹਨਾਂ ਦੇ ਝੂਠਾਂ ਤੋਂ ਤੰਗ ਆ ਗਈ ਦੁਨੀਆ। ਚਲੋ, ਬੋਰਡਰਾਂ ਤੇ ਮਾਣ ਏ। ਚਲੋ, ਮਿਹਰਬਾਨੀ ਪ੍ਰੇਮਪੁਰਾ ਸਾਹਿਬ, ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ, ਮੈਂ ਨਾ ਸਰਜੀਤ ਆ, ਸਰਜੀਤ ਕੌਰ, ਬੀਬੀ ਸਰਜੀਤ ਕੌਰ ਬੋਲਦੀ ਆ। ਤੁਹਾਡੇ ਵਿਚਾਰ ਇੰਨੇ ਚੰਗੇ, ਇੰਨੇ ਚੰਗੇ ਬੇਸਬਰੀ। ਉਹ ਅਕਸਰ ਆਪਾਂ ਨੂੰ ਕਾਲ ਕਰਦੀ ਹੁੰਦੀ ਸੀ ਜੀ, ਜੋ ਉਹਨਾਂ ਨਹੀਂ ਕਰਦੀ ਜੀ। ਇੰਨੇ ਚੰਗੇ ਤੁਹਾਡੇ ਵਿਚਾਰ, ਦੇਖੋ ਕੀ ਕੁਛ ਪਾਣੀ ਚ ਮਧਾਣੀਆਂ ਪਾਈਆਂ ਇਹਨਾਂ ਨੇ ਜੀ ਜੀ ਖਾਤਰ ਜੀ ਜੀ ਖਾਤਰ। ਇਹਨਾਂ ਨੂੰ ਕੋਈ ਕਿਸੇ ਦਾ ਪਾਣੀ ਦਾ ਨਹੀਂ, ਨਾ ਐਜੂਕੇਸ਼ਨ ਦਾ, ਨਾ ਜਿਹੜੇ ਕਿਸਾਨ ਮਰਦੇ ਉਹਨਾਂ ਦਾ, ਨਾ ਕੋਈ ਹੋਰ ਕਰਦੇ। ਇੰਨਾ ਗੰਦ ਪਾਇਆ ਵਾ, ਹੁਣੇ ਮੈਂ ਇੰਡੀਆ ਤੋਂ ਆਈ ਆ, ਹਜੇ 20 ਦਿਨ ਹੀ ਹੋਏ ਆ। ਇੰਨਾ ਗੰਦ ਉੱਥੇ ਕੁਛ ਨੀ। ਤੇ ਜਿਹੜਾ ਆਪਣਾ ਮਨਮੋਹਨ ਸਿੰਘ ਸੀਗਾ, ਉਹਨੇ ਸਾਰਾ ਕੁਛ ਕੀਤਾ, ਹਜੇ ਉਹਨੇ ਕੰਮ ਚੰਗਾ ਕੀਤਾ, ਹੋਰ ਕਿਸੇ ਨੇ ਕੰਮ ਨਹੀਂ ਚੰਗਾ ਕੀਤਾ। ਮਿਹਰਬਾਨੀ, ਠੀਕ ਹੈ ਜੀ, ਮਿਹਰਬਾਨੀ ਤੁਹਾਡੀ। ਗੁਰਗੀਤ, ਮੈਂ ਤੁਹਾਡੇ ਸਾਰਾ ਕੁਛ ਸੁਣਦੀ ਹੁੰਦੀ ਆ, ਬੇਟਾ ਅਰਬਾ ਖਰਬਾ ਪਿਆਰ ਤੁਹਾਨੂੰ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮੱਚ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਅਲੂਵਾਲੀਆ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਇਹ ਜੋ ਚਾਹੇ
ਜੀ ਅਮਰੀਕਾ ਵਾਲੇ ਅਸੀਂ ਸਾਰਾ ਕੁਝ ਜਾਣਦੇ ਆ ਜੀ, ਇਹਨਾਂ ਸਾਰੇ ਭਰਾਵਾਂ ਨੂੰ ਕੀ ਪਤਾ ਜਿਹੜੇ ਉੱਪਰ ਤੁਸੀਂ ਪੈ ਜਾਂਦੇ ਦੋਵੇਂ ਜੀ, ਇਹਨਾਂ ਨੂੰ ਬੈਟਰ ਆਪਾਂ ਜਾਣਦੇ ਹਾਂ ਕਿ ਪੰਜਾਬ ਦਾ ਦੱਸਦਾ ਹੈ। ਠੀਕ ਹੈ ਜੀ, ਪੰਜਾਬ ਨਾਲ ਜੁੜੇ ਰਹੀਦਾ। ਠੀਕ ਹੈ ਜੀ, ਸਾਡਾ ਰਿਸ਼ਤੇਦਾਰ ਹੋ ਗਿਆ ਕਿ ਤੁਹਾਡਾ ਤੁਹਾਡੇ ਜਿਹੜੇ ਟੂ ਮਿਲ ਗਈ ਜੀ, ਤੁਹਾਡੇ ਰਾਹੀਂ ਮਿਲ ਗਈ ਸਾਰੀ ਜਾਣਕਾਰੀ। ਠੀਕ ਹੈ ਜੀ, ਤੇ ਇਹ ਜਾਣਕਾਰੀ ਜਿਹੜੀ ਹੈ ਸਾਡੇ ਪੰਜਾਬੀ ਨੂੰ ਇੱਥੇ ਅਮਰੀਕਾ 'ਚ ਬੈਠਿਆਂ ਨੂੰ ਬੜੇ ਅਪਗ੍ਰੇਡ ਨੇ ਸਾਡੇ ਪੰਜਾਬੀ। ਠੀਕ ਹੈ ਜੀ, थैंक यू वेरी मच जी, थोड़ी मेहरबानी। मैं अपने दर्शकों को दरख्वास्त करना चाहना, मैं उन्होंने हाथ जोड़ के माफ़ी मंगना चाहना जिन्हों की मैं कॉल्स नहीं चक पा रहे, काफ़ी सारी कॉल्स लाइन दे होती हैं क्योंकि मैं समय इजाजत नहीं दे रहा, लेकिन तुम मैं अपने विचार मेल राही लिख के भेज सकते हो info@justbroadcasting.com harkirat@justbroadcasting.com। 2019 दियां लोकसभा चोणां नूं लैके पल पल की जानकारी तुहानूं जस पंजाबी अपने होर भी प्रोग्रामों राही दिंदा रहेगा। मैं सीगा हरकीरत सिंह आलूवालिया, मैनू दवो इजाजत, धन्यवाद, सत श्री अकाल।